रेवोल्यूशन कॉलोनी। इंस्पेक्टर साहब, मेरी जान खतरे में है। कहाँ से बोल रही हो? मैं मकान नंबर 13 अंधेरी गली। नहीं नहीं नहीं। शेर खान किस दिन काम आएगा? शेर खान अपनी गल तो अपने काम ना कम रख।
ਅਸੀਂ ਤੇਰਾ ਵਿਆਹ ਸ਼ੇਰ ਖਾਨ ਨਾਲ ਕਰਾ ਦਿੰਦੇ ਆ। ਸੱਚ ਬਾਬਾ ਜੀ? ਹਾਂ। ਸ਼ੇਰ ਖਾਨ? ਹਾਂ। ਕਿੱਥੇ ਹੈ ਸ਼ੇਰ ਖਾਨ? ਕੋੜੀ ਤੇ ਬਹਿ ਗਿਆ ਹੈਗਾ, ਤੈਨੂੰ ਖਾ ਕੇ ਲੈ ਜਾਏਗਾ। ਸੱਚ? ਕਦੋਂ ਆਏਗਾ ਬਾਬਾ ਜੀ? ਪਤਾ ਨਹੀਂ, ਮੈਨੂੰ ਦੱਸ ਕੇ ਗਿਆ। ਆ ਪਿਆਲੀ ਆ, ਤੈਨੂੰ ਲੈ ਜਾਏਗਾ। ਬਾਬਾ ਜੀ, ਕਿੱਥੇ ਹੈ ਮੇਰਾ ਸ਼ੇਰ ਖਾਨ? ਕਿੱਥੇ ਹੈ ਮੇਰਾ ਸ਼ੇਰ ਖਾਨ? ਗੱਲੇ ਬਣੇ ਨਹੀਂ।
ਕਿਹਦਾ ਆਈ ਮੈਂ ਠੀਕ ਕਹਿ ਰਿਹਾ ਜੇ ਨਹੀਂ 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 ਇਹ ਤੁਸੀਂ ਚੈੱਕ ਕਰ ਲੈਣਾ ਬਿਲਕੁਲ ਨਹੀਂ ਆ ਫਰਕ ਪਿਆ ਨਾ ਜੀ ਐਸਐਚਓ ਤਾਰਕ ਹੂੰ ਡਰੂੰਗਾ ਮੈਂ ਜੇ ਤੁਹਾਡਾ ਡਰ ਲੈ ਗਿਆ ਤਾਂ ਮੈਨੂੰ ਬਾਹਰ ਤੱਕ ਛੱਡੋ ਜੀ ਮੈਨੂੰ ਬਾਹਰ ਛੱਡਾਂਗਾ ਚੌਕੀਦਾਰ ਕਿ ਸਾਡਾ ਫੈਮਿਲੀ ਡਾਕਟਰ ਤੁਮ ਇੱਥੇ ਰਹਿਣਾ ਇੱਥੇ ਰਹਿਣਾ ਮੈਂ ਕੱਲਾ ਇਸ ਘਰ ਦਾ ਚੌਕੀਦਾਰ ਨਹੀਂ ਕਰਨਾ ਪੂਰੇ ਇਲਾਕੇ ਦਾ ਚੌਕੀਦਾਰ ਕਰਨਾ ਜਾਗਦਾ ਰਹਿਣਾ ਮੈਂ ਉਹਨਾਂ ਸਵੇਰੇ ਕੰਮਾਂ ਤੇ ਜਾਣਾ ਜਾਗਦਾ ਰਹਿਣਾ ਵੀ ਜਾਗਦਾ ਰਹਿਣਾ ਮੇਰੇ ਪਿਓ ਦਾ ਨੌਕਰ ਲੱਗੇ ਨੇ ਉਹ ਇਹ ਕਹਿ ਕੇ ਸੌਂਦੇ ਰਹਾਂ ਮੈਂ ਜਾਗਣ ਦੇ ਪੈਰਾ ਦੇਣ ਦੇ ਕੋਈ ਨਹੀਂ ਕਾਹਦੀ ਤਨਖਾਹ ਕਾਹਦੇ ਪੈਸੇ ਲੈਂਦੇ ਮੈਨੂੰ ਸਮਝ ਨਹੀਂ ਆਉਂਦੀ ਜ਼ੇਹ ਵੀ ਪੁੱਠੇ ਹੋ ਗਏ ਲੇਕਿਨ ਇਸ ਘਰ 'ਚ ਗੜਬੜ ਜ਼ਰੂਰ ਹੈ ਮੇਰਾ ਵੀ ਤਜਰਬਾ ਕੋਈ ਧੁੱਪੇ ਰੰਗ ਚਿੱਟਾ ਨਹੀਂ ਕੀਤਾ ਗੜਬੜ
ਮੈਨੂੰ ਮਾਰ ਗੱਡੀ ਚ ਪਾ ਕੇ ਆ ਅੰਦਰ ਆਵੜਿਆ ਓ ਤਾਰਕ ਮੈਂ ਬਿਸਮਿਲਲਾ ਕਰਾਂ ਜੀ ਜੋ ਮੈਂ ਆਪ ਜੀ ਨਹੀਂ ਬੋਲਦੀ ਮੇਲਾ ਕਿਉਂ ਨਹੀਂ ਬੋਲਦੀ ਆ ਬੱਤੀ ਮੈਂ ਵਜਾਈ ਏ ਕਹਾਂ ਤੇ ਆ ਓ ਮੈਨੂੰ ਬਾਹਰ ਤਾਰਕਾ ਜੀਬ ਚ ਪਾ ਆਇਆ ਮੈਨੂੰ ਪਤਾ ਹੁੰਦਾ ਅੰਦਰ ਤੁਸੀਂ ਓ ਮੈਂ ਕੰਨ ਤੋੜ ਕੇ ਜੀਬ ਅੰਦਰ ਹੀ ਲੈਣੀ ਸੀ ਅੱਲਾ ਜਾਣਦਾ ਹੋਈ ਜਨਾਨੀ ਤੇ ਸਾਡੇ ਪਿੰਡ ਟੀਵੀ ਤੇ ਆ ਜਾਵੇ ਸਾਰਾ ਪਿੰਡ ਟੀਵੀ ਦੇ ਆਲੇ ਦੁਆਲੇ ਇਕੱਠਾ ਹੋ ਜਾਂਦਾ ਲੋ ਜੀ ਇੱਕ ਵਾਰੀ ਹੋਈ ਜਨਾਨੀ ਟੀਵੀ ਤੇ ਮਾਇਕ ਚਲਾ ਕੇ ਕੀਤੀ ਪਿੱਛੋਂ ਟੀਵੀ ਖੋਲ ਕੇ ਉਹਦੇ ਵਾਲ ਫੜੇ ਮੈਨੂੰ ਇਹੋ ਜਿਹਾ ਕਰੰਟ ਵੱਜਾ ਮੈਂ ਬਲਹੋਸ਼ ਹੋ ਗਿਆ ਬੇਬੇ ਨੇ ਮੈਨੂੰ ਲੱਤਾਂ ਤੋਂ ਫੜ ਕੇ ਛੱਪੜ 'ਚ ਡੋਬੇ ਦਿੱਤੇ ਫੇਰ ਮੈਨੂੰ ਹੋਸ਼ ਆਇਆ ਜੀ ਉਹ ਕਿੱਧਰ ਜਾ ਤਾਰਕਾ ਕੌਣ ਤਾਰੇ ਉਹ ਯਾਰ ਮੇਰਾ ਤਾਰਕ ਇੰਸਪੈਕਟਰ ਬੜਾ ਵੱਡਾ ਅਫਸਰ ਲੱਗਾ ਇੱਥੇ ਛਾਪਾ ਮਾਰਨ ਆਇਆ ਇੱਥੋਂ ਫੋਨ ਗਿਆ ਕੁੜੀ ਗਵਾਹ ਹੋ ਗਈ ਆ ਕੀ ਮਤਲਬ मगर यहाँ तो कोई लड़की अगवा नहीं हुई मैं आपके सामने खड़ी हूँ वो तो फूने में चौकिए की ताजे हद हो गई तेरे वाली तू हैरान होन दे जो नू पड़तू पै गया ओने फूने तो गया ओनु मैं लारियो ले एक पैर थले लाया ओने मेनू खारे साले कुत्ते वांगू धरू के जीप च सट लिया जीप ए होई नपी धुएं कढा छड़े जीप ते कदी इधर कट मार कदी इधर कट मार मेरा ओ हाल होया जो जामनू दा गड्डी च हुंदा जे किधरे जीप च पिया हुंदा निमक मैं आके थकेणा तेरे मुंह च वड़ जाना ही है खसरा निकल आया कलकार सोनी कुड़ी मेरी बीवी कितो हो गई है सोनी कुड़ी की आपकी बीवी नहीं हो सकती सोनिया कुड़िया शहर आंदियां पिंड डंगर ही वाण ने ਅੱਲਾ ਜਾਣਦੇ ਸਾਡੀ ਤੇ ਜਨਾਨੀ ਕੋਈ ਨਹੀਂ ਪੂਰੀ ਹੁੰਦੀ ਕਿਸੇ ਦੀ ਲੱਤ ਹੈ ਨਹੀਂ ਕਿਸੇ ਦਾ ਡੇਲਾ ਹੈ ਨਹੀਂ ਜੇ ਡੇਲਾ ਹੈ ਤੇ ਨੱਕ ਦਾ ਵਿਚਾਰੀ ਦਾ ਸਾਨੂੰ ਤੇ ਲੱਗਦਾ ਸੀ ਬਲਾਲਗੰਜੋਂ ਵਿਆਹ ਕੇ ਖੜੀ ਆ ਆਪਣੇ ਆਪ ਨੂੰ ਪੇਂਡੂ ਕਹਿ ਰਹੇ ਆ ਤੇ ਹੋਰ ਮੋਟਰਸਾਈਕਲ ਕਵਾ ਇਤਨਾ ਪਿਆਰਾ ਤਾਂ ਪੈਂਟ ਕੋਟ ਪਹਿਨਾ ਹੋਇਆ ਪੈਂਟ ਕੋਟ ਓਇਆ ਮੇਰੀ ਪੈਂਟ ਕੋ ਕੌਣ ਪਾੜ ਗਿਆ ਏ ਓਇਆ ਪੈਂਟ ਕੋਟ ਆ लाला जान दे मैं अपने वाले पिंडो लाला चा कुर्ता पग इंज ना कर मैं ते नाई कोलो शेव करावा मेरा हासा निकल जांदा क्यों पुत कतारियां हुंदियां ना मैं मग आ टुपियां तू लानी है गोते मैनू आउंदे इतरा दे लाना हट कर मैं मग क्या हुआ ना कर इंज नक च पानी भर जाएगा खबरदार मेरे लेने आई तो मैं तीन दस छा और कल घर में अखदा करीमा वे ला मैं पूरा ढिल ला डे शैतान ही एडा तगड़ा घबराने की कोई जरूरत नहीं है नकार नामा कोई नहीं कुछ नहीं होता मैं इन सहूलत ना दे मैं चबल जिया बंदा और घर वाले बाहर आओ फिर तुम गैरत का मसला बना लेना छापा रोड़ता आपकी बात नहीं मानी थी वो केड़ी गल नहीं मनी अखदा करीमा आप कह रहे थे ना गुड्डू को मरी भेजना पढ़ाने के लिए गुड्डू? और मैं कह रही थी कि मैं गुड्डू को अपने से जुदा नहीं कर सकती गुड्डू कौन है हमारा बेटा पिंकी से छोटा और पप्पू से बड़ा इतने किन्ने आना ही अजी दी जगह ते मैं आ गया चलो छोड़ो भी ना मैं छोड़ दिया मैं कीमती चीजा पईया ने जाने भी दो ना ओ जान किथे दे आ के त्रै लारियां बदल के शहर अपड़िया मार भी जाओ ना मन ते मैं तैनू गया तिना मिंटा ही त्रै बाल ही जम लेनी है जेल चमड़े जे इन फल ला नहीं देने मैं चमड़ जाना जे देखो अगर तुम उसे बात नहीं करना चाहते तो वो इकले दा बात है मिल गई होगी ना मुझसे ज्यादा कोई खूबसूरत तू सोनिया भी शहर च होंगी है ਆ ਮੈਨੂੰ ਪਿੰਡ ਛੱਡ ਆ ਮੇਰੇ ਕੋਲੋਂ ਗਲਤੀ ਹੋ ਜਾਣੀ ਜੀ ਆ ਮੈਨੂੰ ਪਿੰਡ ਛੱਡ ਆ ਲਾ 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 ਜੇ ਮੈਂ ਤੇ ਆ ਕੌਣ ਭਾਈ ਸਾਹਿਬ ਨੇ ਜਿਨ੍ਹਾਂ ਦਾ ਰਾਹ ਚ ਬਲੇਡ ਮੁੱਕ ਗਏ ਆ
ਵੇਖ ਸਕਦੇ ਹੁਣ ਵੇਖ ਲੈ ਬੇਟੇ ਤੇ ਕਿਸੇ ਟੋਕਰਾ ਦਿੱਤਾ ਅੰਦਰ ਖੁਸ਼ਬੂ ਆਈ ਕਿ ਬਾਹਰ ਨਦੀਮ ਪੁੱਜਣ ਦੇ ਆ ਮੇਰੇ ਸੋਚੇ ਯਕੀਨਨ ਨਦੀਮ ਆਇਆ ਹੋਗਾ ਭਾਗਾ ਚਲਾ ਆਇਆ ਉਹ ਭਾਗਾ ਕਿੱਥੋਂ ਆਇਆ ਤੂੰ ਤੇ ਮੈਨੂੰ ਅੰਨਾ ਲੱਗਣਾ ਕੰਧਾਂ 'ਚ ਵੱਜਦਾ ਆਇਆ ਹੈ ਮੇਰੇ ਪਾਸ ਆਓ ਨਦੀਮ ਓਏ ਆ ਕਿਨੂੰ ਬੁਲਾਉਣ ਦੇ ਆ ਨਦੀਮ ਮਤ ਮਜ਼ਾਕ ਕਰੋ ਪਾਪਾ ਸੇ ਤੂੰ ਮਜ਼ਾਕ ਦੀ ਗੱਲ ਕਰ ਲਈ ਮੇਰਾ ਦਿਲ ਕਰਦਾ ਡੰਡਾ ਖੋ ਕੇ ਪਾਪੇ ਦੀ ਐਣਕ ਤੇ ਕੱਢ ਮਾਰਾਂ ਨਦੀਮ ਮਤ ਰੋਕੋ ਇਸ ਓ ਮਤ ਰੋਕੋ ਸਹੀ ਗੱਲ ਹੈ ਮਾਰ ਨਹੀਂ ਜੀ ਮਾਰ ਮਾਰ ਤੇ ਮੈਂ ਦਿਆਂ ਮੈਂ ਉਹਨਾਂ ਲੜਾਈ ਨਾ ਨਾ ਵਧ ਜਾਵੇ ਮਾਰ ਇੰਨੀ ਯਾਰੀ ਨਹੀਂ ਕਹੀਦਾ ਫਿਰ ਬੰਦੇ ਦਾ ਪ੍ਰੋਗਰਾਮ ਬਣ ਜਾਂਦਾ ਹੁੰਦਾ ਮਾਰ ਮੇਰੀ ਐਨਕ ਪਿੱਡਾਂ ਉਹ ਮੈਨੂੰ ਹੀ ਕਹੀ ਜਾਂਦਾ ਆਪੇ ਹੀ ਇੰਜ ਕਰਕੇ ਮਾਰ ਲੈ ਮਾਰ ਦੇਖੀ ਕਬਾਬ ਹੋ ਨਾ ਇਸ ਲਈ ਭੁੱਲ ਗਏ ਉਹ ਵਕਤ ਕੀ ਪੌਣੇ ਆਖੋ ਇਹ ਹਣ ਜਬ ਤੁਹਾਡਾ ਬਾਪ ਤੁਹਾਡੇ ਰਿਸ਼ਤੇ ਕੇ ਲਈ ਮੇਰੇ ਪਾਉ ਪੜਾ ਉਹ ਮੇਰਾ ਪਿਓ ਮਰਿਆ ਦੇ 8 ਬਰੇ ਹੋ ਗਏ ਉਹ ਕਬਰਾਂ ਚੋਂ ਨਿਕਲ ਕੇ ਆ ਗਿਆ ਇਹਨੇ ਤਰਸ ਖਾ ਕੇ ਰਿਸ਼ਤਾ ਵੀ ਦਿਆ ਔਰ ਕਰੋੜਾਂ ਦੀ ਜਾਇਦਾਦ ਤੋਂ ਮੁਖਤਾਰ ਵੀ ਬਣਾ ਦਿਆ ਤੋ ਆ ਮੁਖਤਾਰ ਤੇ ਧੋਬੀਆਂ ਦਾ ਮੁੰਡਾ ਜੀ ਦੀ ਬੁੱਢੀ ਦੀ ਟੇਂਡੇ ਮੁਹੱਬਤ ਕੀ ਤੁਮਸੇ ਮਿਹਰਬਾਨੀ ਜੀ ਇਸ ਲਈ ਕਿ ਤੁਮ ਸਿਰਫ ਮੇਰੇ ਖੂਨ ਸੇ ਮੁਹੱਬਤ ਕਰੋ ਜੀ ਅੱਜ ਮੈਂ ਅਪਾਹਜ ਹੋ ਗਿਆ ਹੂੰ ਤੋ ਮੁਝੇ ਮਾਰਨੇ ਚਲੇ ਆ ਰਹੇ ਹੋ ਮਾਰ ਬੇਟੀ ਕਾ ਬਾਪ ਹੂੰ ਇਸ ਲਈ I have to suffer in my daughter's class because I am father of a daughter. Father of a daughter. Oh, acha acha jaan de ki keh gaya hai? जगह मैनू भारी लगती चुकन की कोशिश नहीं की बेवकूफा
तारक इत जिन भूतनी मैं तेन दसन लगा सर इत जिन भूतनी पहलो मेरी तो सुन मैं इत जिन भूतनी या भूतनी दिया तू कला ही इत रो पाई मैं चलिया तारक मेरी लत तू फड़ी मैं नहीं फड़ी लत फिर साड़ क्यों पिया तार कला जान दे मेरी लत कह फड़ी तार इतने जिन भूतनी इतने कुछ चक्कर लड़किया मैं अठा मरिया बाद तेन मिलना आया तू अपने चक्कर च पै गया इतने किसी की जिंदगी मौत का मसला मैं तो तहकीक करके जा तू कला ही कर तकलीक हाँ आ जिन भूत शायद तेरे ते नानके दादके निकल आने तू मेरे नाल मैं नहीं रहना मैं चलियो मैं दिल छड़िया बड़े बड़े काले बंदे वैसे ये जिन नहीं यह इंसान लग रहा मेनु अस्सलाम वालेकुम भाई तुम इतने रेंदे हो अच्छा तेरे को बुजुर्ग ने इनिया गोलियां मारिया फिर दंद कर लिया भाजी साड़ी प्रॉब्लम हल कर सकते हो अल्लाह मियां जी सारे भी प्रॉब्लम हल कर देने तू कर सकना साढ़े वास्ते कुछ वो अगे कर दी बाइक से चले है बैटरी ना साड़ ली भाई अपनी भाजी तेरा नाम की है तेरे पहले की ना तेरी अम्मी का की ना अम्मी जी का इंग्लिश दस ना मैं उंगली वरती तेरी उंगली वरती तेरी क्यों मैं चुकनी है किसी ने मैंने क्या बिगाड़ा तुम्हारा तुम खुद बहुत तो सही अफ्रीका की फौज नान लाने वाले बहुत भाई जी दस सकते तू फोन किने किया देखा सही चाहता कि पास मैं मां की है कि हजी जगह है जिधरों भी निकलना फिर उथे ही आ जाना अपने शोहर से चाहती है जिड़ी मर्जी अच्छी बीवी हो सवाए खर्चे तो कुछ नहीं जानती है मेरी बीवी ते पिंड बैठी तू मेरी बीवी कित्थों हो गई ओदा एक डेला ही पत्थर दा मैं ला जानता ओदा कुंड चुके उन्हें मैनू अख मारी डेला पुड़क के मेरे नक ते वजाई शनाख्ती कार्ड की केड़ी गल कोतर सो जाली बन जाता है मैं अपने मुंह च कहन दी मैं शेर खाव तू किथे चला गया सर मैं दही लैन गया हां भाई आपा जी नहीं जाने मन के अपनी जिंदगानी के अपना प्यार के ओए के हो जी था आया सारियां दे बंदे गुआचे ने शेर खान हां जी मेनू बाबा जी ने कहा सी कि तेरी जिंदगी च एक शेर खान आएगा जेड़ा तेनू कोड़ी ते बिठा के ले जाएगा ओ शेर खान तू ही है ओ बाबा जी दे मुंह च दंद नहीं होने फिकरा गलत निकल गया होने शेर खान हां जी मैं सोच भी नहीं सका की कि ऐडा सोना ऊंचा लम्मा गबरू जवान मेरे मुकद्दर चोवेगा जी शेर खान तो मेरा है मैं शेर खान नहीं क्यों नहीं तू शेर खान मैं नदीम हूं तू शेर खान है मैं नदीम हूं हां हां तू नदीम हो शुक्र है तुम्हारी याददाश्त वापस आ गई नदीम इनू ना
ਦੱਸੀ ਮੈਂ ਸ਼ੇਰ ਖਾਂ ਵਾਂ। ਨਹੀਂ ਤੂੰ ਨਦੀਮ ਹੋ। ਮੈਂ ਸ਼ੇਰ ਖਾਂ ਵਾਂ। ਤੂੰ ਨਦੀਮ ਹੋ। ਮੈਂ ਨਦੀਮ ਹਾਂ। ਤੂੰ ਨਦੀਮ ਹੋ। ਮੈਂ ਸ਼ੇਰ ਖਾਂ ਵਾਂ। ਤੂੰ ਨਦੀਮ ਹੋ। ਮੈਂ ਨਦੀਮ ਹਾਂ। ਮੈਂ ਸ਼ੇਰ ਖਾਂ ਵਾਂ। ਮੈਂ ਨਦੀਮ ਹਾਂ। ਮੈਂ ਸ਼ੇਰ ਖਾਂ ਵਾਂ। ਤੂੰ ਨਦੀਮ ਹਾਂ। ਮੈਂ ਨਦੀਮ ਹਾਂ। ਮੈਂ ਆਸਫ ਜ਼ਰਦਾਰੀ ਹਾਂ। ਮੈਂ ਸ਼ਬਾਸ਼ ਸ਼ਰੀਫ ਹਾਂ। ਉਹ ਮੈਨੂੰ ਵਾਪਸ ਜਹਾਜ਼ ਚ ਪਾ ਦਿਓ ਏ। ਉਹ ਮੈਂ ਪਾਗਲ ਹਾਂ। ਹਾਂ ਬਈ ਕੀ ਰੌਲਾ ਵੀ ਰੌਲਾ ਕੀ ਨਹੀਂ ਰੌਲਾ ਕੀ। 24 ਸਾਲ ਬਾਅਦ ਖਾਨ ਸ਼ਮੀਰ ਕੱਖੜ ਬੜੀ ਗੱਲ ਹੈ ਆਪਣੀ ਹਵੇਲੀ ਚ ਆਇਆ ਤੇ ਉਸੇ ਤਰ੍ਹਾਂ ਹਰ ਚੀਜ਼ ਰੈਡੀ ਹੈ। ਕਿਸੇ ਦੀ ਜ਼ਰੂਰਤ ਹੈ ਕੱਖੜਾਂ ਦੀ ਹਵੇਲੀ 'ਤੇ ਕਬਜ਼ਾ ਕਰੀ ਹੋਈ ਹੋਏ? ਓਏ ਆਈ ਕਾਂਟ ਇਮੈਜਿਨ। ਆਉਣਾ ਤੇਰੇ ਨਾਲ ਬੈਠ ਬੈਠ ਆਉਣਾ। ਬਦਤਮੀਜ਼ ਨੇ ਤੇਰੇ ਪਿੱਛੇ ਬੈਠਾ। ਇਹੋ ਜਿਹੇ ਮੁੰਡੇ ਇੱਡੇ ਸ਼ੌਕੇ ਨੇ ਇੱਥੇ ਸ਼ੌਕੇ ਹੋਏ ਇਹਨਾਂ ਨੇ ਟਿਕਟ ਖਰਚ ਕੇ। ਮੱਲੇ ਤੇ ਗੇਂਦ ਡਿੱਗ ਪਏ ਨਾ ਨਾਲੇ 'ਚ ਤਾਂ ਮੱਲਾ ਇਹਨੂੰ ਕਹਿੰਦਾ ਚਲੋ ਗੇਂਦ ਫੜ ਕੇ ਲਿਆ। ਨਾਲੇ 'ਚੋਂ ਕੱਢ ਕੇ ਕੰਧ 'ਚ ਮਾਰ ਕੇ ਕਹਿੰਦੇ ਨੇ ਓਏ ਮੇਰੀ ਫੋਟੋ ਬਣ ਗਈ। 24 ਸਾਲ ਬਾਅਦ ਇਸ ਹਵੇਲੀ ਦਾ ਮਾਲਕ ਅੱਲਾ ਦੀ ਰਹਿਮਤ ਨਾਲ ਖਾਨ ਸ਼ਮੀਰ ਕਰੇ। ਟੁੱਲ ਵੱਜਦੇ ਵੇਖੋ ਤਾਂ ਪਤਾ ਲੱਗਦਾ ਉਹਦੀ ਨਹੀਂ ਪਤਾ ਲੱਗਦਾ।
कई बंदे ने कहते महल्ले यार इन्होंने पजारो किस तरह ली भाजी इन्हों का टोल लगा है टोल लगा जो इंग्लिश कहते ने फलूक लग गया फलूक चाचे बूट ने सूर कढ़ना छुरी नाल फेर के उन्हूं हराम करना फिर अंग्रेजा वास्ते पिंडियां च साग च भुन के खवाना घास ग्राउंड पे रख के लोहे की हाकी से मारते हैं उसे वो है गेम है पे गेंद घूम रही है लगते इन कमोरी होती है ऐसे ऐसो गेंद पाना होता ऐसा दूर है ऐसो गेंद पा लगी अद्धा घंटा ला देने खिलाड़ी ये इतों तो पानी है तू उतों पा दे पैंती चाली बुढ़े बुढ़े अंग्रेज नहीं टीवी चो होंगे गुड शॉट भी इतों तो पाया उन्हें जो परहेजगार है किसी का हक नहीं मारते बिहारी व्यापारी ने किसी का रखते नहीं किसी परेशान नहीं करते माड़े तंग नहीं करते वड्डे समझाते कि नहीं बेटा इस तरह नहीं करना वो लोग होते हैं बड़े बाकी तो आप तो आप है साग खान तो बाद मक्खन पाया फिर हुरलू फिर डिप्रेशन बहुत है हम अपने सिस्टम में घिरे हुए हैं क्या मतलब रिश्ते लभने अंग्रेज क्यों फ्रेश ने यूरोपियन ना धियां व्याहनियां ना भैणां व्याहनियां ना सालियां नूं सेट करन दा खौफ कई बंदे अमीर तो गरीब नहीं होंगे चोर सर तुम तो चंगे भले सो खैर स्कूटर से आ गए हो बस यार साला लाया सी नाल बस 55 लाख रुपया उतारा मेरे नाम के चौके कैनेडा भज गया ही करजे लैन आने मैंने हार्ट पेशेंट बनाता अल्लाह बस अच्छा सलाम अलैकुम अंग्रेज क्यों हैप्पी ने ना तियां भी आनियां ना भैणां भी आनियां ना रिश्ता लभना इत्थे रिश्ता लभना ये कौन ने चौधरी ने नहीं नहीं पिछों दे मोची ने इतने डिप्रेशन बहुत है जे ब्याह दे किसी बुलाओ पिंडा में ज्यादा लड़ाइया होनी है चाचे की ब्याह से आना जे चाचे ने की मूड बनाया भाई जे गोदरी वाले बुलाओगे तो मेरी जुत्ती आउंदी है तो जे समुंदरी वाले आवे मैं भावे साइकिल बेचा मैं अपना ही अपना फिर ब्याहों से लड़ाइया होंगे बोतल होंगे पिंडा च गुलाबी हरिया पीलिया लाल चाबी की लोहड़ी धुप्पे डाला पे आपे खुल जाएगा टों जी नौ ब्याह के लिए ना बहु जी ब्याह के लिए ने चार पांच साल घर बच्चा नहीं ना हो तो वही सासू बदतमीजी ना उठाई सुती उठ खिलो नहीं किसी कुत्ते खानदान दिए चार बारे हो गए तू बच्चा ही कोई नहीं जमया फंडर झोटिए ऐत की मुंडा होया आज ही नहीं तो पेकियां ने बैठी रही ये ऐसा क्यों है तुम्हारे मुल्क में इसलिए कि हम लोग अपनी बहनों को बेटियों को इमोशनल ब्लैकमेल करते हैं शादी के मौके पर असी व्याहुंदे नहीं असी मगरों लाउने हैं कि वो सका इमोशनल ब्लैकमेल करता पग ला के सिर तो डोली दे टाइम धी दे पैरों से रख के रोक के कहना धीए लड़के ना ही उतों तेरा जनाजा ही आवे सुलह सुवाई ना मेरी धी भावें लख वारी आ भी भावें 200 साल कुड़ी की उम्र हो लख वारी आ सकती मां प्यो घर मां दुपट्टा सुट दी है
मामा अखा तो पेंगा उन्होंने कह दिया कुड़िया जो लड़ के आई ना तो मेरी शक्ल में तरसती मर जाएगी सारी जिंदगी। बंदा पूछे तेरे मुंह ते की भूड़े लगे ने वड्डा भरा डोली जी डराउन दिया हुंदा बरादरी समझी सिर प्यार देन दिया डोली च पिस्तौल फाउन दिया हुंदा बेटा लड़ के आई ना इत सत्त गोलियां तेरे अंदरों लंघनिया नहीं चलो वो फिर बेचारियां ब्लैकमेल होंदियां खावन के घर आन के सिर बन्ने अखा चो धुएं निकलन डे ने भरवइए साढ़े ढिड छटे ने पान खा खा तंदूर आ गए मूँह ने कुर्ता ला के फिर भैन साड़ी कहते ऐथो खुरग हाथ तो मार तेरु बजे नालियां हुई ने खोते दिए खुरे उन्होंने पता कि इन्हें कितने जाना बेचारी ने इसलिए ये होता। तो यहाँ पे तुम्हारे मुल्क में इनकम सिस्टम कैसे इस कैसे तुम्हारे लोग अपने आप को मैनेज करते हैं? बस चंद हस्तियां अल्लाह दी नेक दी वजह से मुल्क टरे जांदे है एक बंदा कमाउन वाला 14 जने खान वाले क्या मतलब जिन्नू मेरा की करना मैं तो कुछ नहीं करना वड्डा भरा करना एक बंदा साइकिल लेके आया साइकिल खड़ी कीती है लस्सी ले आया अज बड़ी गर्मी पई ओए होए ठंड पै गई पिछो साइकिल चुकी गई काम ही कोई बंदा नहीं करता चार बंदे ताश खेडन दे छे जने उत्ते खलोते डायरेक्शन दे रहे ने गोलां ना सुट्टी उहनूं लगदा ही मल्ले च कोई देख पकड़ नहीं होवे वेले मुंडे नाई नूं कहणे क्यों पाता वा काम ही कोई नहीं वेले फिरदे रहिंदे इत्थों दा सिस्टम ऐसा है जिथे भैण वी आई है भैण दी सस मर गई है चार देगा बैठे बैठे सालियां नूं पै गई है कसूर बेचारा चंगा भला मूंह धोन दिया बेचारा आह अखा मेरी ला लेना मुंडा आया कल पा जिथे बाजी नहीं आई गल कर सस मर गई पुत्र वो नहीं मरी मैं मर गया अज फौत हुई है कल असर की अजान तो पहले पहले चार पांच देगा पहुंचनिया ने भावे स्कूटर वेचो तरले पाओ उधार चुको। तो ये तो तुम लोगों की बातें बता रहे थे ना और किन किन लोगों के साथ तुम्हारा मिलना जुलना था? जलन डायर नहीं सी चलन डायर जितने डायर में जाने वाले थे माय गॉड वो भी बड़ा लामती आदमी सी जल्ले वाले बाप ने गोली चलवाई सी तो जितने डायर भी जाने वाले थे हां उन्हें जड़ी बच्ची सी ना उनकी बड़ी ननान दादा जी नाल इश्क कर दी सी जितने डायर लोग करते थे वो दादा जी नाल करती सी उनकी ननान आशमी नैरोबी में तुम्हें मुझे जैसा पता है कि तुम एक कौन लॉर्ड ऑफ पाकिस्तान हां यहां आकर मैंने तुम्हें वैसा ही पाया हां बस अब मैं रहूंगी भी यहीं पर और शादी भी तुम्हारे साथ ही करूंगी। भाई सोच समझ ले ऐसे गखन लोग हैं ऐसे ज्यादा नहीं पसंद करते मैं तेरा शादी ऐसे कर रहा कि इतने मैं शादी की थी तो मैं भी पीस पीस के मर जाऊंगा क्यों मैं 24 साल होते रहे मेरा टेंपरामेंट जरा चेंज हो गया। साड़ियां थोड़ी बीवियां जी औरत सारी दैड़ी कुछ नहीं करना वो चूरी नहीं उन्हें कमेटी पाई नहीं रजाक का पता लगे कि कंध टपे तो शौर हांडी पका के मरन वाली हो जाए हांडी पका बच्चे पखा मेरी कलियर कर दो बस मां मारनी जे इधर करो अम्मी रोटी मां मारनी जे तंदूर तो रो रोटी तोसा पकाया तड़ ले पखा मेरे हल कर उतो गरीबों के पखे भी चल रहे उन्होंने इधर करो चल चुल के फिर उधर आएगा कई बंदे डरे सुते होंगे उनके थले यूरोपियन सिंगर क्यों कामयाब है थोड़ा खाते ने साढ़े लोग तो चार पावे एक खत चार नान लस्सी का डोल खा के इन्हें नाश्ता अन्न नहीं होकर सड़कों में फिरते भाजी किधर फैलने समझ नहीं आन लगी रोटी इन्नी खा रहे अपने बच्चे नहीं पछाणदे अब्बा तू मेरा पुत्र कितों हो गया दो घंटे बाद जो कूकी उतरी है तो उन्होंने मारन दिया कितने हाँ तू अब्बा मैं तेनों हने पर मिले झूठ बोलन दिया बहुत अजीब सिस्टम है तुम्हारे पाकिस्तान का हाँ उस बाहर दिलो इन्ना बर्गर खाते ने अद्धी सैवना पीती चौक सिरेंद्र तुहाडे सिंगर क्यों छलदे कूतने
not today, not yet. Oh, no way. Lumine, yo. No, ah. ਸਾਡੇ ਸਿੰਗਰ ਇਬਰਾਰੂ ਲੱਗ ਦੋ ਪਰੌਂਠੇ ਖਾਧੇ ਨੇ ਤੇ ਨਸਿਆ ਜਾਣਾ ਕਿਥੋਂ ਨੀ ਬਹਿ ਜਾ ਸਾਈਕਲ ਤੇ ਆ ਜਾ ਨੀ ਤੇ ਪਬਲਿਕ ਨੂੰ ਮੈਗ ਦੇਣ ਦੇ ਬਹਿ ਜਾ ਸਾਈਕਲ ਤੇ ਵੀ ਆਪ ਗਾ ਤੂੰ ਆਪ ਪਰੌਂਠੇ ਵੀ ਦੋ ਖਾਧੇ ਨੇ ਨਾਲ ਮੱਖਣ ਖਾਧਾ ਆ ਜਾ ਨੀ ਬਹਿ ਜਾ ਸਾਈਕਲ ਤੇ ਦੋ ਗਣੇ ਇਸ ਨੇ ਗੱਲ ਨੇ ਲਾਲਾ ਤਾਉਲਾ ਨਿਆਜੀ ਸਾਹਿਬ ਇੰਨਾ ਮਟਰ ਕੀਮਾ ਖਾ ਕੇ ਵਾਜੇ ਤੇ ਬਹਿ ਜਾਂਦਾ ਮੱਕੂ ਡਾਢੇ ਯਾਰ ਤੰਗ ਕਰਿੰਦੇ ਚਮਕਾਂ ਵੀ ਰੋਟੀ ਖਾਧੀ ਆਵਾਜ਼ ਕਿੱਥੋਂ ਨਿਕਲੇ ਮੈਂ ਕਿਹਾ ਲਾਲਾ ਜੀ ਰੋਟੀ ਬਾਅਦ 'ਚ ਖਾ ਲਿਆ ਕਰੋ ਬਕਵਾਸ ਨਾ ਕੀਤਾ ਕਰ ਇੱਥੇ ਤਾਂ ਜਿਹੜਾ ਬੰਦਾ ਕਮਾਉਂਦਾ ਨਾ ਘਰ ਆਇਆ ਉਹਨੂੰ ਟੈਨਸ਼ਨ ਹੀ ਦੇਣੀ ਹੈ ਉਹ ਫਲ ਲਿਆ ਨਾ ਆੜੂ ਚੱਲੇ ਨੇ ਹੁਣ ਲੈ ਵੀ ਕਰਮਾ ਵਾਲੀ ਬੀਵੀ ਨੂੰ ਕਹਿੰਦੇ ਆੜੂ ਖਾ ਨਵੇਂ ਆਏ ਨੇ ਉਹਨੇ ਕੀ ਟੈਨਸ਼ਨ ਲੈਣੀ ਮਾਂ ਨੂੰ ਤਾਂ ਜਿਹਦੀ ਅੱਗੇ ਵੀ ਨਹੀਂ ਫੈਸ਼ਨ ਮੁਕਣ ਡਿਆ ਜੋ ਮਾਂ ਕੋਲ ਗਿਆ ਅੰਮੀ ਜੀ ਆੜੂ ਖਾਓ ਝੁੱਡੂਆ ਜਿਹਨੇ ਥੱਲੇ ਲੱਗਾ ਉਹਨੂੰ ਦੇ ਰਨ ਮਰੀਦਾ ਜਿਹਦੇ ਥੱਲੇ ਲੱਗ ਗਿਆ ਨਾ ਫਿਰ ਵੀ ਤੇਰੀ ਸ਼ਕਲ ਦਾ ਇਹ ਬੂਰ ਤੋੜ ਤੋੜ ਕੇ ਖਾਉਣਾ ਉਹ ਟੁੰਡੀ ਹੋ ਗਈ ਆ ਤੂੰ ਤੰਗ ਆ ਕੇ ਅੱਬਾ ਹੀ ਕੋਲ ਗਿਆ ਤੁਸੀਂ ਦੋਵੇਂ ਨਹਿ ਚ ਮੈਂ ਅੱਬਾ ਹੀ ਕੋਲ ਜਾਂਦਾ ਉੱਤੇ ਅੱਬਾ ਜੀ ਆ ਖਾਓ ਆੜੂ ਦੇ ਅੱਬੇ ਨੇ ਵੱਖਰਾ ਮੂਡ ਬਣਾਇਆ ਘਰਦਿਆਂ ਨੂੰ ਦੇ ਵਿੱਚ ਨਾ ਘਰ ਆ ਮੇਰਾ ਕੋਈ ਘਰ ਆ ਜ਼ਿੰਦਗੀ ਦੇ ਦਿਨ ਪੂਰੇ ਕਰਨ ਲਿਆ ਇੱਥੇ ਤਾਂ ਬੰਦਾ ਬਿਮਾਰ ਪੈ ਜੇ ਜਿਹੜਾ ਖਬਰ ਲੈਣ ਆਉਂਦਾ ਮਰੀਜ਼ ਦਾ ਪਿਆ ਫਲ ਖਾ ਜਾਂਦਾ ਕੈਸੇ ਕੀ ਮਤਲਬ ਹਸਪਤਾਲ ਦਾ ਮਰੀਜ਼ ਦੀ ਖਬਰ ਲੈਣ ਬੜੀ ਮਿਹਰਬਾਨੀ ਆ ਗਏ ਬੜੀ ਮਿਹਰਬਾਨੀ ਦੁਆ ਕਰੋ ਮਰੀਜ਼ ਕਹਿਣ ਡਿਆ ਤੇ ਮਰੀਜ਼ ਦੇ ਕੇਲੇ ਛਿੱਲ ਕੇ ਤੇ ਉਹਨੂੰ ਕਹਿਣ ਡਿਆ ਬੜੀ ਤਾਕਤ ਹੁੰਦੀ ਆ ਖਾਇਆ ਕਰ ਛਿੱਲ ਕੇ ਦਿਆ ਨਹੀਂ ਉਹਨੂੰ ਗਾਲਾਂ ਕੱਢਣ ਲਾਂਤੀਆਂ ਸਾਰੇ ਖਾ ਕੇ ਤਿੰਨ ਕੁ ਕੇਲੇ ਖਾਣਾ ਚੌਥੇ ਕੇਲੇ ਦੇ ਮਰੀਜ਼ਾਂ ਦੀ ਰੱਖਣਾ ਹੁੰਦਾ ਮੁੱਕ ਗਿਆ ਬਹੁਤ ਅਜੀਬ ਸਿਸਟਮ ਹੈ ਯਹਾਂ ਕਾ ਹਾਂ ਫੈਸਲਾਬਾਦ ਇੱਕ ਰੌਣਕੀ ਸ਼ਹਿਰ ਹੈ ਅੱਛਾ ਉੱਥੋਂ ਦੀ ਤੇ ਟ੍ਰੈਫਿਕ ਪੁਲਿਸ ਵੀ ਚੁਗਤਾ ਕਰਦੀ ਹੈ ਇੱਕ ਮੁੰਡੇ ਨੇ ਇਸ਼ਾਰਾ ਕੱਟਿਆ ਤੇ ਸਾਰਜਣ ਪਿੱਛੇ ਗਿਆ ਚਲ ਜੀ ਗਲਤੀ ਹੋ ਗਈ ਮੈਂ ਪੁੱਤ ਤੈਨੂੰ ਚਲਾਨ ਨਹੀਂ ਕਰਨਾ ਆ ਇਸ਼ਾਰਾ ਕੱਟ ਲਿਆ ਕਾਹਦੀ ਕਾਹਲੀ ਹੈ ਬੱਚੀ ਤੇ ਦੇਣ ਰੱਖਣ ਚੱਲੇ ਆ ਸ਼ਾਦੀ ਕਰਨੀ ਨਾ ਆਪਣੇ ਆਪ ਸੋਚ ਸਮਝ ਲਓ ਹਮਾਰੀ ਜ਼ਮੀਨ ਕਿਤਨੀ ਹੈ ਹਮਾਰੀ ਪ੍ਰੋਪਰਟੀ ਕਿਤਨੀ ਹੈ ਹਮਾਰੇ ਪ੍ਰੋਪਰਟੀ ਡੀਲਰ ਕਿਤਨੇ ਹੈ ਹਮਾਰਾ ਬੈਂਕ ਬੈਲੈਂਸ ਕਿਤਨਾ ਹੈ ਅਨਬੈਲੈਂਸ ਕਿਤਨਾ ਹੈ ਇਹ ਦੇਖ ਲਓ ਅਨਬੈਲੈਂਸ ਹਾਂ ਓ ਸ਼ਮੀਨ ਮੈਨੂੰ ਕੁਝ ਵੀ ਦੇਖਣੀ ਨਹੀਂ ਹੈ ਸੋਚਨੇ ਕੀ ਕੋਈ ਜ਼ਰੂਰਤ ਨਹੀਂ ਹਾਂ ਤੁਮ ਮੈਨੂੰ ਵੈਸੇ ਹੀ ਪਸੰਦ ਹੋ ਅੱਛਾ ਜੀ ਓ ਮਾਈ ਗੋਡ ਕੀ ਹੈ ਸ਼ਮੀਨ ਮੈਨੂੰ ਇਸ ਘਰ ਤੋਂ ਦੇਖ ਕੇ ਡਰ ਸਾ ਲੱਗ ਰਿਹਾ ਹੈ ਖਾਨ ਸ਼ਮੀਰ ਗੱਖਰ ਦਾ ਸਾਥ ਹੋਵੇ ਤਾਂ ਤੂੰ ਡਰੇ ਡੁੱਬ ਕੇ ਮਰ ਜਾ ਯੈਸ ਉਹ ਸਾਡਾ ਇੰਨਾ ਅਸਰ ਰਸੂ ਕੇ ਆਪਣੇ ਲੱਗ ਜੀ ਕਿ ਇਥੋਂ ਦੀ ਹਵਾ ਵੀ ਸਾਡੇ ਕੋਲ ਪੁੱਛ ਕੇ ਲੰਘਦੀ ਏ ਬੁੱਲੇ ਹਵਾ ਦੇ ਪੁੱਛ ਕੇ ਲੰਘਦੇ ਨੇ ਹਵਾ ਕੇ ਛੌਂਕੇ ਜਿਹੜੇ ਉਰਦੂ ਵਾਲੇ ਨੇ ਪੁੱਛ ਕੇ ਲੰਘਦੇ ਹਨੇਰ ਕੇ ਪੁੱਛ ਕੇ ਲੰਘਦੀਆਂ ਨੇ ਬਸ ਵਾਪ ਰੋਲਾ ਤੇਰਾ ਬਦਤਮੀਜ਼ੀ ਕਰ ਜਾਂਦਾ ਦਾਦਾ ਜੀ ਰੋਜ਼ਾਨਾ ਕਰੋੜ ਰੁਪਇਆ ਵੰਡ ਕੇ ਸੌਂਦੇ ਸਨ ਗਰੀਬਾਂ 'ਚ ਇੱਕ ਕਰੋੜ ਰੁਪਇਆ ਮਾਈ ਗੋਡ ਅਜੇ ਵੀ ਅਲਮਾਰੀ ਦੇ ਵਿੱਚ 35 ਲੱਖ ਰੁਪਏ ਪਏ ਉਸ ਦੌਰ ਦਾ ਆਸ਼ਮੀ ਮੈਨੂੰ ਜਲਦੀ ਸੇ ਦਿਖਾ ਨਾ ਪਲੀਜ਼ ਦੇਖੋ ਜਾਨ ਗਈ ਹੋਏ ਜਾਨ ਕਿੰਨੇ ਕੱਢੀ ਹੋ ਕਿੰਨੇ ਕੱਢੀ ਜਾਨ ਹੋਏ
क्या हो गया आपको? जल्दी उठे, आप तो बहुत बहादुर आदमी है, आप तो लॉर्ड माउंटबेटन के रिश्तेदार है। वो जिन करता सी। चले उठे, नहीं ऐसे भाग, चले चले जल्दी से, बहुत डर लग रहा मुझे यहाँ पे। और मैंने फाले क्यों हो गया वे? चले उठे ना जल्दी से यहाँ से भाग, चले उठे अरे जल्दी से भागे यहाँ से। मेरी मां की आवाज है या जमूर की आवाज है? मां, अम्मी जान, मामा, मां जी, बेबे, ओ माय मदर, बोबो, माता जी, बेजी, हर लैंग्वेज बुलाया नहीं बोली। बहादुर आदमी हूँ। बहादुर मैं मर गया, वो चित्र
ਚਲਾ ਕੇ ਚੀਕਾਂ ਮਾਰਨ ਵਾਲਿਆ ਉਹ ਤੂੰ ਪਾਗਲ ਉਹ ਗੁੰਡੋਇਆ ਵੇਖ ਕੇ ਸੱਪ ਦਾ ਰੌਲਾ ਪਾਉਣ ਵਾਲਿਆ ਉਹੀ ਗੱਲ ਆ ਗਈ ਉਹੀ ਗੱਲ ਆ ਗਈ ਤੁਹਾਨੂੰ ਕੁੜੀਆਂ ਨੂੰ ਬਾਹਰ ਆਜਮਾਂ ਦੀ ਪਛਾਣ ਨਹੀਂ ਪੁਲਿਸ ਮੁਕਾਬਲੇ ਕਰ ਮੈਂ ਮਰ ਗਿਆ कुछ भी नहीं तुम्हें पता मैं रूपी से आ गई तुम है फड़ रहा हूं फड़ रहा हूं दस की आ किधर जल्दी जे थो न्यू खान जल्दी है ओ टाई भी लाइयो वकीलों दे सिर ले आने वाले आ टाई भी लाई देखो तू अपनी ड्यूटी ला किसे गंडेरियां वाली रेड़ी दे ये कु गंडेरियां दा मुफ्त ला देवे एनु तू के लाया थाने तू के लाया थाने कौन लतीफे सुनाउन दे आ ओ कौन है तू तुम्हारी ओए मैं मर गया जे किस बात कर रहे हो मौत को लो बगैर दस्यो आवे ना दस के आवे बंदा अद्धा घंटा पहले मर जांदा है तुम तो शेर हो ओ मैं नहीं शेर मेरी जान छड़ दियो मैं नहीं शेर वो 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 मैं नहीं शेर शेरों की तरह जीना सीखो और शेरों की तरह मरना ए बेड़ा गर्क होवे मेरे चाचे दा जिले मेरा नाम शेर रखिया सी मैं उदो कहंदा रिया मैं लिखा रिया वा मेरा नाम खरगोश रख दियो कहंदे नहीं एडे वड्डे मुंह वाला खरगोश हुंदा ही नहीं तेरी धौण ते रखी होवे छुरी उतो कातल होवे तगड़ा फिर मैं तेनू पूछा मोर मार के टोपी किवें बनाउनी है तू अब इन बातों से डर नहीं लगता क्यों क्योंकि मैं पहले ही कत्ल हो चुकी हूं हां कत्ल होने तो बाद तैयारी फड़ी हुए और अब तुम भी मर जाओगे फिर हम मिल जाएंगे मर के हां इको फटे दे लावांगे हाँ कोई कवर हाँ आए मैं मार गया जी कितना मजा आएगा ना मजा कटाण है उधर बिजुआ नहीं जान छटनी वो तू मर गई है हाँ तू रो है हाँ आ तेरे पैर क्यों सिद्धनी हुए कितनों खराब तो कराए नहीं मैं कोई आम रो नहीं हूँ ऑटोमेटिक है ओए बुजुर्ग कहीं देने रुआ छुड़ेला सामने आने ते कपड़े ला दियो नहीं ਇਥੋਂ ਨਿਕਲ ਜਾ ਨਹੀਂ ਤੇ ਮੈਂ ਖੁੱਲ ਕੇ ਸਾਹਮਣੇ ਆ ਜਾਣੀ ਆ ਨਿਕਲ ਜਾ ਇਥੋਂ ਮੈਂ ਬਜ਼ੁਰਗਾਂ ਦੀ ਗੱਲ ਬੜੀ ਮੰਨਦਾ ਹੁੰਦਾ ਹਾਂ ਨਹੀਂ ਐਸਾ ਮਤ ਕਰਨਾ ਖੁਦਾ ਕੇ ਲਈ ਹੁਣ ਆਈ ਨਾ ਤਰਲਿਆਂ ਤੇ ਦੇਖੋ ਹਮਾਰੇ ਬੱਚੇ ਕੀ ਸੋਚेंगे ਉਹ ਕਿਹੜੇ ਬੱਚੇ ਮੇਰੇ ਤੇ ਪਾਈ ਜਾਣੀ ਏ ਹਮਾਰੇ ਬੱਚੇ ਉਹ ਮੇਰੇ ਕਿਥੋਂ ਬੱਚੇ ਮੇਰੇ ਘਰ ਤੇ ਬਿੱਲੀ ਨੇ ਬੱਚੇ ਦਿੱਤੇ ਹੁਣ ਮੈਂ ਉਹ ਤੋੜੇ ਚ ਪਾ ਕੇ ਲੈਣ ਤੇ ਸੁੱਟ ਆਇਆ ਸਾਂ ਮੈਨੂੰ ਰਾਜ ਕਹਿੰਦੇ ਰਹੇ ਨੇ ਮਾਮੂ ਨਾ ਸੁੱਟੋ ਮਾਮੂ ਨਾ ਸੁੱਟੋ ਮੈਂ ਉਹਨਾਂ ਦੀ ਨਹੀਂ ਮੰਨੀ ਮੈਨੂੰ ਕਿਹੜੇ ਬੱਚੇ ਸੁਣਾਉਣ ਡਈ ਬੱਚੋ ਆ ਜਾਓ ਤੁਹਾਡੇ ਪਾਪਾ ਆ ਗਏ ਅੱਬੂ ਜੀ ਆਏ ਅੱਬੂ ਜੀ ਆਏ ਅੱਬੂ ਜੀ ਆਏ ਅੱਬੂ ਜੀ ਆਏ ਓਏ ਆ ਤੇਰੇ ਨਾਲੋਂ ਪਹਿਲੇ ਜੰਮੇ ਆ ਤੇਰਾ ਮੁੰਡਾ ਓਏ ਅੱਬੂ ਜੀ ਆਏ 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 सब तो निका होना लो जी होर निका हो के जरूर अफसर बनेगा जी अबू जी जी पुत्र बाजरा खाना सी नहीं अबू जी हां जी अबू जी ओए आ मुंडा ये कोई लीर गिल्ली होई है हां जी हां जी अबू जी मैं सदके जावा मुंडा किथे जे ते साइकिल दा चिमटा लगन दे आ अबू जी मैं सदके अबू जी जी मेरे बिस्मिल्लाह मेरा बेटा लिसी बांदरी जी जी मैं लचूनी हां जी मैं लचूनी अरे मां सदके जाए की ताकत ने मोड़े बाहर आउंडे
ਬੱਚਾ ਪੁੱਤਰ ਰੋਜ਼ ਇੱਕ ਬਦਾਮ ਖਾਂਦਾ ਹੋਏਗਾ। ਹਾਂਜੀ 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 ਮੈਨੂੰ ਇਹ ਦੁੱਧ ਵਾਲੀ ਗੱਡੀ ਲੈ ਦਿਓ। ਐ ਲੈ ਦੁੱਧ ਦੇਣ ਵਾਲੀ ਗੱਡੀ ਕਿੱਥੋਂ ਲੈ ਦੇ, ਉਹਦੀ ਟੈਂਕੀ ਚ ਛਿਤਾਲਾ ਪਾਣਾ ਕਰ ਲਈ। ਪਾਪਾ ਹਾਂਜੀ ਮੁਝੇ ਪੈਸੇ ਦੇ, ਮੈਨੇ ਸ਼ੈਂਪੂ ਲੈਣੇ। ਤੇਰੀ ਫਰਮਾਇਸ਼ ਦੇ ਸਦਕੇ ਜਾਵਾਂ, ਸ਼ੈਂਪੂ ਸੇ ਬੇਟਾ ਇਹ ਖੁਰਾ ਧੋਣਾ ਹੈ ਜੀ। ਅੱਬੂ ਮੈਂ ਤੇਰੀ ਧੋਤੀ ਚ ਵਰਨਾ ਕਰ ਨਾ ਮਰਾਦਾ। ਅੱਬੂ ਮੈਂ ਪੁੰਮਾ ਲੈਣਾ। ਪੁੰਮਾ ਨਹੀਂ ਹੈ ਉਹ, ਮੈਨੂੰ ਇਹਦੇ ਪੁੰਮੇ ਕੋਲੋਂ ਬਚਾ ਲਵੋ, ਉਹ ਇਹਨੇ ਮੇਰਾ ਮੂੰਹ ਟੁੱਕ ਜਾਣਾ ਜੇ ਓਏ ਫਸ ਦਾ ਨਾ ਹੋਏ ਜੇ। ਅੱਬੂ ਮਰੋ ਵੀ ਨਾ ਅੱਬੂ, ਅੰਮੀ ਵੱਡੀ ਹੋ ਗਈ, ਇਹਦਾ ਵਿਆਹ ਸ਼ਫਕਤ ਚੀਮੇ ਨਾ ਕਰ ਦਈਏ। ਨਾ ਨਾ ਅੱਬੂ ਐ ਨਹੀਂ ਕਰਨਾ। ਇਹ ਵੇਖੋ ਸ਼ਫਕਤ ਜੀ ਮੈਨੇ ਕੀ ਹਾਲ ਕੀਤਾ ਜੇ। ਉਹ ਤੇ ਸ਼ਫਕਤ ਜੀ ਮੈਂ ਨਾ ਹਣ ਪਾਪਾ, ਮੈਂ ਵੀ ਤੇ ਕੋ ਬਿੱਲੋ ਪਾਪਾ। ਹਾਂ ਜੀ ਮੈਨੇ ਪਾਪਾ ਚਲਾਣਾ। ਆ ਪਹਿਲਾਂ ਤੇ ਤੇਰੇ ਕੋਲ ਚੱਲਣ ਨਹੀਂ ਦੇ। ਮਮਾ ਅੱਬੂ ਮੈਨੂੰ ਮੈਕਡੋਨਲਡ ਤੋਂ ਜਰਾਬਾਂ ਲੈ ਦਿਓ। ਹੈ ਮੈਕਡੋਨਲਡ ਤੋਂ ਜਰਾਬਾਂ ਲੈ ਦਿਓ। ਫੇਰ ਕਹਿੰਗਾ ਲਾਹੌਰ ਬਰੂਸ਼ ਤੋਂ ਅੰਡਰਵੀਅਰ ਲੈ ਦਿਓ। ਮਮਾ ਮੁਝੇ ਗੋਦ ਮੇ ਉਠਾਏ ਨਾ। ਬੇਟਾ ਬੜੀ ਹੋ ਗਈ ਹੋ, ਅੱਲਾ ਮੀਆਂ ਸੇ ਕਹੋ। ਅੰਮੀ ਤੂੰ ਬੜਾ ਹੱਸਣ ਡਈ ਆ, ਬੂਟੀ ਪੀਤੀ? ਨਹੀਂ ਬੇਟਾ ਉਹ ਖੁਸ਼ੀ ਚ ਹੱਸਣ ਡਈ, ਉਹਨੇ ਬੂਟਾ ਲਾਇਆ। ਓਏ ਭਾਈ ਉੱਤੇ ਥੁੱਕ ਦਿਆਂਗਾ ਈ, ਮਗਰ ਉਹ ਲੱਤ ਲਾਣਤੀ ਆ ਸਾਈਂ ਦੀ ਹੈ, ਸੱਚੀ ਮੁੱਚੀ ਨਾ ਥੁੱਕ ਦੇ। ਓਏ ਓਏ ਕੁੱਤੇ ਦੇ ਪੁੱਤਰ, ਆ ਕਿਧਰੇ ਤਿੰਨੇ ਮੇਰੇ ਹੱਥੇ ਚੜ ਜਾਉਣਾ, ਮੈਂ ਪਿੰਡ ਖੜ ਕੇ ਤੁਹਾਨੂੰ ਟੋਕੇ ਚ ਦੇ ਦਿਆਂ। ਹਾਂਜੀ ਖਬਰਦਾਰ। ਅੱਛਾ ਜੀ ਮਾਰੀ ਜਾਨ ਨਿਕਾਲ ਲੂੰਗੀ। ਕੱਢ ਲਓ ਜੀ ਅੱਗੇ ਕਿਹੇ ਪੈਸੇ ਕੱਢ ਲੈਣੇ ਜਨਾਬ। ਖੂਨ ਪੀ ਜਾਊਂਗੀ। ਪੀ ਲਓ ਜਨਾਬ, ਵਿੱਚ ਬਰਫ਼ ਸੁੱਟ ਲੈਣਾ ਜੀ। ਟੋਟੀ ਪੋਟੀ ਕਰ ਦੂੰਗੀ। ਤੇ ਕੀ ਫਾਇਦਾ ਨਾ ਧੀ ਦੇ ਕੰਮ ਨਾ ਪਿਓ ਦੇ ਕੰਮ। ਸ਼ਾਇਦ ਤੁਮ ਜਾਣਦੇ ਨਹੀਂ ਹਾਂਜੀ ਤੁਹਾਡੇ ਸਾਥ ਕੀ ਹੋਣੇ ਵਾਲਾ ਹੈ। ਕੀ ਹੋਣੇ ਵਾਲਾ ਹੈ? ਆਈ ਲਵ ਯੂ। ਓਏ ਬਦਤਮੀਜ਼ਾ ਮੈਨੂੰ ਵੀ ਨਾਲ ਫਸਾ ਤੇ। ਓਏ ਚੰਗਾ ਰਿਹਾ ਹੁਣ, ਚੰਗਾ ਰਿਹਾ ਹੋਈ ਹੋਈ, ਚੰਗਾ ਰਿਹਾ ਚੰਗਾ ਰਿਹਾ। ਮੈਂ ਪਲਾਟ ਲੈ ਲੇ ਲੜ ਲੈ ਰਹੇ, ਨਫ਼ਰਤ ਹੋ ਗਈ ਮੇਰੀ ਜ਼ਿੰਦਗੀ ਸੇ, ਜ਼ਿੰਦਗੀ ਸੇ ਨਫ਼ਰਤ ਹੋ ਗਈ, ਹੁਣ ਸ਼ੀਸ਼ਾ ਵੇਖੇ। ਜ਼ਿੰਦਾ ਨਹੀਂ ਰਹਿਣਾ ਚਾਹਤਾ, ਮਰ ਜਾਣਾ ਚਾਹਤਾ ਹੂੰ, ਮੈਂ ਮਰ ਜਾਣਾ ਚਾਹਤਾ ਹੂੰ। ਕਿਉਂ ਮਰ ਜਾਣਾ ਚਾਹਤਾ ਹੂੰ? ਇਸ ਗੱਲੋਂ ਉਹ ਦੇਖੋ ਸ਼ੇਰ ਤੇ ਬਾਂਦਰ ਇਕੱਠੇ ਬਣਦੇ। ਚਲੋ ਯਾਰ ਮੈਂ ਮੰਨ ਲੈਣਾ ਬਕੌਲ ਤੇਰੇ, ਮੈਂ ਮੰਨ ਹੀ ਜਾਣਾ ਕਿ ਮੈਂ ਸ਼ੇਰ ਹਾਂ। ਚਲੋ ਠੀਕ ਹੈ ਮੈਂ ਸ਼ੇਰ ਹੀ ਸਹੀ, ਮਗਰ ਤੂੰ ਆਪਣੇ ਆਪ ਨੂੰ ਬਾਂਦਰ ਨਾ ਕਹਿ, ਤੇਰਾ ਉਹਦਾ ਵੱਡਾ, ਤੂੰ ਬਦਮਾਨਸ ਹੈ ਬਦਮਾਨਸ। ਤੈਨੂੰ ਵੇਖੀ ਮੈਂ ਬੰਦ ਤੇ ਲਿਜਾ ਕੇ ਨਾ ਪੁਲਿਸ ਮੁਕਾਬਲੇ ਮਾਰਨਾ ਤੈਨੂੰ। ਅੱਲਾ ਕਰੇ ਵੀ ਤੂੰ ਪੁਲਿਸ ਮੁਕਾਬਲੇ ਮਾਰਨਾ, ਅੱਲਾ ਕਰੇ ਖੈਰ ਖਰੀਦਣਾ, ਅਸੀਂ ਦੋਵੇਂ ਨਿਕਲ ਜਾਈਏ ਬਾਹਰ, ਪਹੁੰਚ ਜਾਈਏ, ਫਿਰ ਬਾਹਰ ਜਾ ਕੇ ਤੈਨੂੰ ਪਤਾ ਲੱਗੇ ਕੱਖੜ ਤਗੜਾ ਜਾਂ ਮੁਸੱਲੀ ਮੁਸੱਲੀ ਅਫਰਾਦ। ਓਏ ਨਰੂਬੀ ਤਾਂ ਕੁੜੀ ਲੈ ਆਇਆ ਤੂੰ, ਉਹ ਤੇਰੀ ਮੇਰੀ ਦੁਸ਼ਮਣੀ ਕੀ ਹੋਏ? ਓਏ ਇਹੀ ਦੁਸ਼ਮਣੀ। ਓਏ ਨਰੂਬੀ ਤਾਂ ਕੁੜੀ ਲੈ ਆਇਆ ਤੂੰ, ਓਏ ਸਾਨੂੰ ਕੋਈ ਇੱਥੇ ਮੁੜੀ ਆਉਂਦਾ ਹੈ ਬੇਟੇ? ਇੱਥੇ ਗੋਰੇ ਨੂੰ ਪਸੰਦ ਕੀਤਾ ਜਾਂਦਾ, ਕਾਲੇ ਨੂੰ ਨਹੀਂ ਪਸੰਦ ਕੀਤਾ ਜਾਂਦਾ। ਬਾਹਰ ਦੇ ਮੁਲਕਾਂ 'ਚ ਕਾਲਾ ਗੋਰਾ ਇੱਕੋ ਹੀ ਪਸੰਦ ਕੀਤਾ ਜਾਂਦਾ। ਵੈਸੇ ਆਪਸ ਦੀ ਗੱਲ ਹੈ, ਤੂੰ ਕੁੜੀ ਮੁਤਾਸਰ ਕਿਵੇਂ ਕੀਤੀ? ਮੁਤਾਸਰ ਕੀ ਕਰਨੀ ਬਸ, ਉਹ ਲਤੀਫਾ ਸੁਣੇ ਕਿ ਇੱਕ ਬਾਦਸ਼ਾਹ ਦੀ ਧੀ ਮਰਾਸੀ ਨਾਲ ਨੱਸ ਗਈ। ਅੱਛਾ ਬਾਦਸ਼ਾਹ ਦੀ ਮਰਾਸੀ ਨਾਲ ਨੱਸ ਗਈ, ਬਾਦਸ਼ਾਹ ਨੇ ਮਰਾਸੀ ਵੀ ਫੜ ਲਿਆ, ਉਹ ਧੀ ਵੀ ਆਪਣੀ ਫੜ ਲਈ। ਅੱਛਾ ਆਪਣੀ ਧੀ ਨੂੰ ਬਾਦਸ਼ਾਹ ਕਹਿੰਦਾ, ਬੇਟਾ ਤੂੰ ਇਸ ਗਰੀਬ ਆਦਮੀ 'ਚ ਵੇਖਿਆ ਕੀ ਹੈ? ਅੱਛਾ ਉਹ ਕਹਿੰਦੀ, ਅੱਬਾ ਹਜ਼ੂਰ ਮੈਨੂੰ ਸਮਝ ਨਹੀਂ ਆਈ, ਇਹਨੇ ਤਰਲੇ ਹੀ ਇੰਨੇ ਪਾਏ ਨੇ, ਮੈਂ ਤਰਲੇ ਪਾਏ ਨੇ। ਨਾਲੇ ਤੂੰ ਕੁੜੀਆਂ ਦੇ ਬਾਰੇ 'ਚ ਨਾ ਸੋਚਿਆ ਕਰ। ਕਿਉਂ? ਤੂੰ ਸੜੇ ਕੇਲੇ ਵਿਖਾਇਆ ਕਰ, ਇਹਨਾਂ ਚੀਜ਼ਾਂ ਵੱਲ ਦਿਲ ਲਾ। ਚੋਰਾ ਤੇਰੀ ਆਪਣੇ ਕਿੱਥੇ ਆ? ਮੈਂ ਤੇਰੀ ਹਵੇਲੀ 'ਚ ਨਹੀਂ ਸੀ ਆਉਣਾ। ਕਿਉਂ ਆਇਆ? ਮੈਨੂੰ ਤਾਂ ਫੋਨ ਗਿਆ ਥਾਣੇ, ਕਿਉਂ? ਕੁੜੀ ਫੋਨ 'ਤੇ ਬੋਲਦੀ ਪਈ, ਕਹਿੰਦੀ ਮੇਰੀ ਜਾਨ ਖਤਰੇ 'ਚ। ਚੱਲ ਮੈਂ ਕਿਹਾ ਸੱਚ ਕੁੜੀ ਦੀ ਜਾਨ ਬਚਾ, ਤੇਰਾ ਹੀਰੋ ਬਣ। ਹੀਰੋ ਬਣ?
फिल्म बांग्लादेश बन रही थी। मैं क्या कुड़ी कहेगी आपने मेरी जान बचाई शुक्रिया, आप ना होते ना जाने मेरा क्या होता, उत्ते फिर गाना होना सी मौजा लग जाने सी, मैं तो यह सोचा सी मैनू भी पता सी मैं ही फस जाना इत्थे। पल्ले रोटी खा बैठे कौन है भाई तू कौन है? आंख उठा कर देखे तो दिल थरथरे बंद हो जाते हैं। कत्ल करना मेरा पेशा और लाशें घसीटना मेरा शौक है। 370 सर उतार चुका हूँ। कौन है तुम? तुम्हारी मौत। मुबारक हो भी तेरी मौत आप चल के आ गई। अपनी अपनी सांसें गिननी शुरू कर दो। 42 43 44 45 46 47 48 90 पूरा 100 80 90 पूरा 100 कुकड़ दुकड़ बम्बा पाओ तलवार मैनू फड़ा थले लम्मा पाओ। बहुत दिनों के बाद जी राका की थकावट दूर होगी। कोई स्पेशल मंगवाया जी मालशिया? जनाब ऐसे बहुत दिनों के बाद जी जनाब राका को सुकून की नींद आएगी। क्यों जी तेरा मंजा चोरी हो गया? घबराओ नहीं, तुम्हें कोई तकलीफ नहीं होगी। अजी कोई तकलीफ? सानू कड़ी तकलीफ होनी सी, फुफिया लाए हैं अंब कटन डे चौंसे लस्सी बनन लई साडे लई। राका जिसे कत्ल करता है जी जनाब एक ही बार में खत्म करता है, चीख तक निकलने नहीं देता। बड़ी सहूलत देते जी, बड़ी सहूलत देते, बड़ी गल है। आज तुम दोनों को एक ही बार में खत्म करूंगा। जनाब 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 साडा कसूर की जनाबे अली? राका किसी का कसूर नहीं देखता, सिर्फ अपने बॉस का हुक्म मानता है। कौन हो तुम? मैं मैं जलादा। जलादा तो खाला दी मंदी पिया है। बकवास बंद करो, तुसी शुरू करो जनाब। मेरी ड्यूटी शुरू होने लगी है, तुसी दोवे अपने अपने मजहब के मुताबिक दुआवां मांग लो। अल्लाह वारसे, अल्लाह वारसे, अली हैदर, अल्लाह वारसे। या अल्लाह मैंने माफ कर दे, या अल्लाह मैंने अपने पनाह रखी। ओए मैं दुआ कर ली, तू भी अग बाल के रलम कर ला। किस तरह कर लवा? आई तू अग दूर पई है, मैं किस तरह कर ला? तैनू ते मैं इसलिए मार देना, किस मुंह ते टाई बनी फिरन दे आ। ओ जी बावे एवड साहब ने दुआ दी सी मैं पैदा होया सा जनाब, तो टाई सुखी। चुप कर जा, चुप। सिर नाल फीटर साफ करन वाले आ ਤੁਸੀਂ ਦੋਵੇਂ ਆਪਣੀ ਆਪਣੀ ਆਖਰੀ ਖਵਾਹਿਸ਼ ਦੱਸੋ। ਮੇਰੀ ਆਖਰੀ ਖਵਾਹਿਸ਼ ਹੈ ਜਨਾਬ, ਮੈਂ ਮੁਲਕ ਔਰ ਕੌਮ ਦੀ ਖਿਦਮਤ ਕਰਨੀ ਚਾਹੁੰਦਾ ਜਨਾਬ। ਮੈਨੂੰ ਇੱਕ ਹੱਲ ਲੈ ਦਿਓ, ਟਰੈਕਟਰ ਨਹੀਂ, ਇੱਕ ਹੱਲ ਤੇ ਦੋ ਟੱਕੇ ਲੈ ਦਿਓ, ਮੈਂ ਇੱਥੋਂ ਲੈ ਕੇ ਕਰਾਚੀ ਤੱਕ ਜ਼ਮੀਨ ਵਾਹਣੀ ਚਾਹੁੰਦਾ। ਤੇਰਾ ਮੈਂ ਸਿਰ ਲਾਉਣ ਆਇਆ, ਤੈਨੂੰ ਇੱਥੇ ਜੌਬ ਕਰਾਉਣ ਨਹੀਂ ਆਇਆ। ਤੂੰ ਮੈਨੂੰ ਦੱਸੇ ਨਾ ਹੋਇਆ ਤੂੰ ਇਨਸਾਨਾਂ 'ਚ ਲੈਣ ਕੀ ਬਣਿਆ ਹੈ? ਬੜਾ ਸਮਝਾਇਆ ਸੀ ਜੀ, ਬੜਾ ਸਮਝਾਇਆ, ਧੱਕੇ ਨਾ ਰੱਖੀ 'ਚ ਬਹਿ ਗਿਆ। ਬਸ ਮੈਂ ਕੋਈ ਜਾਣ ਕੇ ਆਇਆ, ਗਲੀ ਭੁੱਲ ਗਿਆ ਮਤਲਬ। ਤੇਰੀ ਆਖਰੀ ਖਵਾਹਿਸ਼ ਕੀ ਹੈ? ਆ ਮੇਰੇ ਹੱਥ ਖੋਲੋ, ਮੈਂ ਚਪੇੜਾ ਮਾਰਨੇ ਤੁਹਾਨੂੰ। ਓਏ ਕੀੜੇ ਖਾਣ ਵਾਲੇ ਕੁੱਤੇ। ਜੀ ਅੱਬਾ ਜੀ, ਤੇਰੀ ਆਖਰੀ ਖਵਾਹਿਸ਼ ਕੀ ਹੈ? ਮੈਂ ਕਲਾਸੀਕਲ ਗਾਣਾ ਸਿੱਖਣਾ ਜਨਾਬ, ਬੜਾ ਮੁਸ਼ਕਲ ਹੁੰਦਾ ਮੈਨੂੰ, 20 ਸਾਲ ਚ ਆਉਣਾ ਇਹਨੂੰ। ਤੇ ਤੂੰ? ਮੈਂ ਇਹਨੂੰ ਸਿਖਾਉਣਾ, ਮੈਨੂੰ 30 ਸਾਲ ਲੱਗਣੇ। ਅੱਜ ਤੁਹਾਨੂੰ ਦੋਵਾਂ ਨੂੰ ਇੱਕੋ ਵਾਰ ਚ ਤੇ ਅੱਜ ਹੀ ਖਤਮ ਕਰਾਂਗਾ, ਅੱਜ ਹੀ। ਜਨਾਬ ਦੋਵਾਂ ਨੂੰ ਅੱਜ ਹੀ ਮਾਰ ਦੋਗੇ ਤੇ ਕੱਲ ਵਿਹਲੇ ਬੈਠੋਗੇ? ਜਲਾਦ ਹੱਡ ਰਾਮ ਹੋ ਗਏ ਤੇ ਕੰਮ ਖਰਾਬ ਹੋ ਗਏ ਜਨਾਬ। ਇਹ ਮੇਰੇ ਅਖਤਿਆਰ ਚ ਕਿ ਇੱਕ ਦਾ ਸਿਰਾ ਚਲਾ ਦਿਆਂ ਤੇ ਦੂਸਰੇ ਦਾ ਦੂਸਰੇ ਦਿਨ। ਹੁਣ ਤੁਸੀਂ ਦੋਵੇਂ ਫੈਸਲਾ ਕਰ ਲਓ, ਤੁਹਾਡੇ ਚੋਂ ਪਹਿਲੇ ਸਿਰ ਕਿਹਨੇ ਲਵਾਉਣਾ ਹੈ? ਮੈਂ ਉਮਰ 'ਚ ਵੱਡਾ ਵਾ ਜਨਾਬ, ਮੈਂ ਸਬਰ ਕਰ ਜਾਂਗਾ। ਇਹ ਛੋਟਾ ਉਮਰ ਜਿਹਨੇ ਕੋਲ ਸਬਰ ਨਹੀਂ ਹੋਣਾ, ਇਹਦਾ ਲਾ ਦਿਓ ਜਨਾਬ। ਅੱਲਾ ਵਾਰਸ, ਮੈਂ ਨਹੀਂ ਲਵਾਉਂਦਾ ਸਿਰ, ਮੈਂ ਨਹੀਂ ਲਵਾਵਾਂਗਾ ਤੇ ਮਰ ਜਾਂਗਾ, ਕੋਈ ਗੱਲ ਨਹੀਂ, ਕਦੀ ਤੇ ਕਦੀ ਲੱਥੇਗਾ ਨਾ, ਇਹਦਾ ਲਾ ਦਿਓ। ਉਹ ਲਵਾ ਲਾ ਸਿਰ ਤੂੰ, ਉਹ ਤੇਰੇ ਸਾਰੇ ਵਾਲ ਖਰਾਬ ਹੋਣ ਦੇ, ਸਿਰ ਲਵਾ ਨਵੇਂ ਆਉਣਗੇ।
सिर लखना। तू भी सिर लोहाला, शायद तेरा मुंह ही नवा आ जाए। मैं मौत नहीं डरना जनाब, मौत नहीं डरना, मोतियां लियो जनाब। मैं कबर तो डरना, कबर च कले बदल पैना, नेरे च ना किसी ने आके कहना चाह पी लै, ना किसी ने कहना आ यार चबूरजी पान खान चलिए, कले पे होना जनाब। तू उथे मर के जाना, तू बच्ची दे दिन रख नहीं जाना। ये झूठ बोलता है, मन तो नहीं डरता। मैं नहीं मन तो डरता, मेरी तो भैन का विआह होना है, मैंने अपनी भैन का विआह करन दो, फिर मेरा सिर ला लो। ओए की कह दिता यार, की कह दिता। ये नहीं सोचता किसी का दिल दुखेगा, ये कह दिता है मतलब भैन मेरे ना दे ते छड़ इस कुत्ते काम नू। ओए कुत्ता काम छड़ के भैन एक कुत्ते बंदे ना विआह दे। सलामत रह। हो सकता जी, हो सकता है कई गखड़ म्यूजिक माइंडेड भी इंदर जनाब। तू तो मेरा हो गया भैया। अच्छा ते तू मरने वास्ते तैयार हो जा कखड़ा। ओए लाड़े दे प्यो नू मारेगा, लाड़े दे प्यो नू मारेगा, ये जंज वापस जाएगी। ओए साडी फैमिली च सिर्फ लाड़े दी इज्जत हुंदी है, लाड़े दे प्यो दी नहीं। ते फिर दूसरी भैन मेरे नाल विआह दे। ओए की कह दिता यार, की कह दिता। वो तेन पहली बार समझ लगती की कह दिता की कह। मेरे प्यो दे नौकर लगे, क्यों कह दिता। और मेरी एक भैन सी जी मैं विआह दित्ती है, दूसरी भैन मेरी मर गई है यार, मर गई है। तेरी भैन नहीं मरी, कखड़ मर गई। अजो जीवी होती कखड़ बच जाता। मैं क्या गल सुन, मामे की धी भी भैन होंगी, ताया चाचा फुफिया की धीं भी भैन होंगे यार। गखड़ नू बचाउण वास्ते कोई राह कढ ना यार, तेरे रोज का कम है। गल सुन यार, तरह नहीं गेनी, मूंह लाउणे तलवार है। मैं गया लोकी नेकी नहीं करते, चिड़िया तोते हाथ ला के आजाद कराउंदे ने, छड़दे ने ना। तू भी गखड़ नू हाथ ला के आजाद कर दे, सुआद होएगा ही। जलाल भान ये जंगल चलाओ, फटाफट सिर लाओ, भुख भी लगनी, गल मकाओ, सिर लाओ। तैयार हो जाओ कखड़ा। पा अम्मी कहंदी सी सिरी पावे सानू देना। पा अम्मी कहंदी सी खल सानू देना। बाबा सिकंदर कौम रंगड़, उम्र 29 साल, हाल मुकीम पावकोट। अभी तक किराए के मकान में रहते हो। रिश्वत इसलिए नहीं लेते कि डरपोक। बाप ने थानेदार भर्ती करवाने के लिए जो कर्ज लिया था, अभी तक अदा नहीं कर सके तो। तीन भाई आवारा फिरते, दो जवान बहनों की शादी होने वाली। गुलामदन 13,500 रुपए वाहवा। Am I right? मेरे बारे में तुम्हें मालूमात इकट्ठी करने के लिए बहुत मेहनत करना पड़ी होगी, लेकिन तुम्हारे तारुफ के लिए एक लफ्ज काफी है, लगातार। मन के क्या हासिल कर लिया है तुमने? ऐसी तो वफा करने के लाल इनाम सामने पे छोड़ो। Shut up! इंस्पेक्टर, तुम्हारी जिंदगी हमारे हुक्म की मोहताज है, फैसला तुमने करना है। जिंदगी चाहते हो या मौत? मतलब की बात करो। काम करना होगा हमारे लिए, रुपया भी मिलेगा और जिंदगी भी। गखड़ नु मंजूर है। शट अप!
क्या ख्याल है इंस्पेक्टर? क्या चाहते हो तुम? वादा करना होगा हमारे लिए काम करने का। मैं करेंगे काम। शट अप। शट अप। यस इंस्पेक्टर। लेकिन काम क्या करना होगा? काम वही जो तुम आसानी से कर सको। मिलेगा एक आलीशान बंगला, हर साल नए मॉडल की कार, तरक्की वक्त से पहले, नौकर चाकर, इंपोर्टेड कपड़े, इंपोर्टेड जूते, चाइनीज खाने, कॉन्टिनेंटल खाने, हवाई जहाज में सफर के मौके, अंग्रेजी बोलने के मौके, और जिस किस्म का आप भी देखने की तुम जुर्रत नहीं कर सकते, वो जिंदगी गुजारने का मौका देंगे तुम। मैं ऐसा लड़का नहीं। लड़का?
ਨਾਲ ਤੁਸੀਂ ਮੇਰੀ ਬੀਵੀ ਨਹੀਂ ਖਿਆਲੀ ਦੀ ਬੀਵੀ ਹੋ ਇਹ ਤੁਸੀਂ ਸੱਚ ਕਹਿ ਰਹੇ ਹੋ ਮੈਨੂੰ ਜੁਆ ਵਾਲੀ ਕੰਗੀ ਦੀ ਕਸਮ ਹੈ ਮੈਂ ਠੀਕ ਕਹਿ ਰਹੀ ਹਾਂ ਤੇ ਫਿਰ ਇੱਧਰ ਆ ਜਾਓ ਜ਼ਿੰਦਗੀ ਇੱਥੇ ਬੈਠ ਕੇ ਇੱਕ ਦੂਸਰੇ ਦੇ ਵਾਲ ਪੁੱਟਨੇ ਆ ਮੈਂ ਤਾਂ ਉਤੋਂ ਕੋਈ ਆ ਹੀ ਨਾ ਜਾਏ ਪੁੱਤਰੇ ਓਏ ਕੁੱਤੇ ਦੇ ਪੁੱਤਰੋ ਮੇਰੀ ਭੈਣ ਹੋਵੇ ਮੇਰੀ ਭੈਣ
रोना ही पाते ही रोना ही पाते ही भैन लगा का शराब आ गया रोना ही पाते ही रोना ही पाते ही मैं अपनी भैन बनाने लगा बहन ज़ेबुल निसा ज़ेबुल निसा हाँ ये आ गई बहन है तेरी भैन हाँ चल इधर आ मेरे साथ इधर तू मेरी तो होनी रहा हूँ टीका लवाओ पिस्तौल च भर के अबू आंदी की अम्मी अम्मी कहंदी सी अम्मी पता की कहंदी सी कहंदी सी जदो मैं मर जावा ना ते अपने अबू दा ख्याल रखना गल सुन एक गल ते दस जी तेरा अब्बा है कौन है गल हासे च ना पा अबे दा पता करा ओ लाण कियो अब्बा तुहाडा लब्बे ते मेरी ते जान छुटे ए अबे दा नाम ही ये अम्मा दा नाम होणा अबू है कौन ही अब्बा दस्ते हई असी हुन नवा अबू ले लेना अच्छा जी गर्मी आला दिया बावा आला काटन दा नहीं साटन दा काटन दे अबू नू तेरा प्यो कल्फ लवाएगा ओए अबड़ अबड़ आ तेरी इस भौंकण तो पहला अब्बा भी दौड़े अब्बा दोवां सवालां दे जवाब दे हां की पहला सवाल है कि जहाज सवारियां पाउंदा है कां क्यों नहीं पाउंदा तो पागला कां पीए ये ची नहीं लगा सवारियां कितों पाए हुए दूसरा सवाल की खोते दे घर खोता ही हुंदा तेरा दिल करदा ते तू ओ पाओ ओ खोते दे घर खोता ही होना और यामा ओ पैणा सीरियस जवाब दियो खोता ही हुंदा ते तुसी फिर साडे दादा अबू घर क्यों होए हो हाथ से नहीं लाया डांग मारी जी तुम कितने बेवकूफ हो तुम्हें समझ क्यों नहीं आती नदीम ओए तेनु की दौरा पैंदा है ओ काम कर जाके इधर आओ ओ अकलू हाथ मार नदीम ओए आ केड़ा जेल चंबड़या तेनु नदीम तुम नदीम हो ना ओ मैं शेर खावा अल्लाह जानदा मैं की ऊपर देखो की होया कैमरा चल रहा है फिल्म बनन दई नहीं इन लोगों ने चारों तरफ कैमरे लगाए ने ताकि देख सके कौन क्या कर रहा है और तेरे अन्ने पियो ने वो अंधा नहीं है ते एमे अन्नी पाई उन्होंने वो मेरे बाप भी नहीं है और कौन है इन्होंने हमें अगवा किया हुआ है अगवा इन्हें हाँ। थले लिया इन्हें डांगा मार के बगैर तानू नदी फिर वो ही गल देखो ऊपर कैमरा चल रहा है अच्छा 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 कैमरा चल रहा है हाँ। तुम्हें मेरे साथ इसी तरीके से बात करनी होगी इसी तरीके से हाँ। वाह ये वाह कैमरा चल रहा है ऐसे गुफ्तगु होगी ये तो गुफ्तगु दा मजा आ जाएगा देखो हां जी हमारी तस्वीर आ रही है अच्छा। आवाज नहीं आ रही वाह 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 कैमरा चल रहा है ये हाँ। डेढ़ दो घंटे कैमरा चलिया मैं तो खुसरियां च जा वणागा कैमरा चल रहा है सुनो हां जी देखो हम दोनों बहने हैं अकल करो मैं तेरी बहन कितों हो गया है एडा भी कैमरा नहीं चलन दे कैमरा चलाना जी तो सादा सादा चलाओ मैं तुम्हारी बात नहीं कर रही हाँ जी मेरे साथ मेरी एक और बहन है अच्छा और ये लोग दहशतगर्द हैं मैं आप कर्म सर्द हूँ अपने मुल्क के दुश्मनों से ये लोग पैसे लेकर अपने मुल्क में बम चलाते हैं मैं और मेरी बहन जा रहे थे इनके कुछ आदमी बम रख रहे थे हमने उन्हें देख लिया इससे पहले कि हम शोर मचाती इन्होंने हमें अगवा कर लिया और इस शर्त पे जिंदा रखा
कि हम इनके साथ मिलकर काम करेंगे। इन्हां नाल मिलके कोई काम तो नहीं जी करता। कैमरा चल रहा है। अच्छा जी, कैमरा चल रहा है। सुनो। हाँ जी। खुदा के लिए हमें यहाँ से निकाल के ले जाओ। क्यों? हम तुमसे शादी कर लेंगे। ले दूंगा पैर अलते शादी जाएगी नहीं है तो डील ही करते हैं। मुझसे कर लेना शादी। पहले मैंने दूजी भी बहाओ रे तेरे नाल तगड़ी निकल आवे। कैमरा चल रहा है। अच्छा जी, कैमरा चल रहा है। और कैमरा जो चलन दिया तो उन तो आड़ी मननी पैनी। खुदा के लिए हमें यहाँ से निकाल के ले जाओ। और लाए के किथे जावांगा? अपने गांव ले जाना। शाबाशी बेबे चित्र लाल वे किधर ले दिया नी? बेबे को ते कैमरा भी नहीं चलन दिया। हमें यहाँ से निकालो, इस बात का फैसला बाद में करेगी कि कहाँ जाना है। मैं तो कहता हूँ यहाँ से निकलने से पहले इनकी लाते न तोड़ दे। नदीम हूँ, तुम शबनम हो, तेरे ओपन कोश भी आ गए। अम्मी, उधर नाना अबू बुलांदे, छेती आओ। नदीम, मैं तुम्हारे ससुर से मिलने जा रही हूँ। आके अपने हाथों से तुम्हें रोटी खिलाऊंगी, अगर बच गई तो। चल रहा है। ओए, कुत्ते दे पुत्र, कैमरा चल रहा है। कैमरा, ओए कुत्ते दे पुत्र, कैमरा चल रहा है। कैमरा चल रहा है। पहला फाड़े ओए गल होई ना, मैनू पहले ही पता ही ना, मैनू तैह हले च डाक के उतो जानवर छड़ देने। भाई जी, शेर का कमरा, इन बंदर वाले पिंजरे च लै जाओ। हाथों भी जा रहा वर्दी, तू हाथी संभालने वाली पाई है, लई तू की फिर लिया। मैं उठी सह गल नहीं हुई, उन्होंने कहा आ गया। अच्छा जी, अच्छा जनाब, मेरे ना भी सलाम दुआ लई सो। डर के जो उतरन डे इतने आराम है। तू गखड़ सिर तेरा खकड़ पूरे अर्गा होया। उधर वेखी ना, उधर वेखी तो गखड़ लगता, पिछो तो लगता नाई दे पीपे च झाती मारन डे। वो गखड़े तू, तेन छक कोई ना मरादा, लोकी मूंह ते अणक लांदे ने, तू गिटे ते लाई। बड़ी गल है भाई, कखड़ में कौन खलोता, बड़ी गल है। लीर क्यों बनी हुए? अच्छा अच्छा अच्छा, पालतू है या मेरा ख्याल है? निशानी लाई, ए निशानी लाई है तू, ए मूंह सेंसिटिव एरिया नु एरो दा निशान देना पंदा है। अच्छा, क्या आगे के मुंह, अगे मुंह है। अच्छा, ए मुंह थोड़ा है, ए तो चौंक है, चौंक। छे सत साल ग्रीस ना दियो ते हो जा हो जांदा। ओ है कौन है तू? ओ गखड़ा। वाह बड़ी गल है, वाह 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 वाह। एदा की लेने भाई? और ना मुरादा है, एदा की लानी, तू लेके की करना है? पहला तो तेरे को सांभिया नहीं गया। एदे च 3-4 किलो दही बंदा है। अच्छा, एदे च 4 दी फाड़ी आ जांदी है। है कौन है तू? मैं अपनी हवेली दा मालिक है, हवेली दा। ओ लानतिया, बंब तू चलाउंदा फिर ले। और ना मुरादा, सिर तेरे च को पटाका चला गए है। ओ तू बंब चलांदा फिर ले, कन्न फड़ फड़ाट। शर्म नहीं आती है हवेली। तू तो कड़की च नहीं फसदा हुंदा।
ਤੈਨੂੰ ਇਹ ਬੰਦੇ ਕੌਣ ਨਹੀਂ ਹੈ ਉਹ ਮੈਨੂੰ ਕੀ ਪਤਾ ਮੈਂ 24 ਸਾਲ ਬਾਅਦ ਆਇਆ ਨਰੂਪੀ ਤੋਂ ਆਪਣੀ ਹਵੇਲੀ 'ਚ ਅੱਛਾ ਮੈਂ ਉੱਥੇ ਕੁੜੀ ਕੱਢ ਕੇ ਲੈਂਦੀ ਸੀ ਹੈਂ ਕੁੜੀ ਕੱਢ ਲੈਂਦੀ ਹੈ ਉਹ ਲਾਣਤੀ ਆ ਕੁੜੀ ਕੱਢ ਕੇ ਲੈ ਆਇਆ ਡੰਗਰਾਂ ਦੇ ਕੰਨਾਂ 'ਚੋਂ ਕੀੜੇ ਕੱਢਣ ਵਾਲੇ ਆ ਉਹ ਤੇਰੀ ਜੁਰਤ ਕਿਵੇਂ ਹੋਈ ਹੈ ਤੂੰ ਕੁੜੀ ਕੱਢ ਲਿਆ ਬਸ ਯਾਰ ਉਹ ਮੇਰੇ ਕੋਲ ਖੋ ਲਈ ਇਹਨਾਂ ਕਿਸੇ ਨੇ ਕਿੱਥੇ ਕੁੜੀ ਖੋ ਲਈ ਤੈਨੂੰ ਪਤਾ ਨਹੀਂ ਹੋਈ ਕਿਸੇ ਨਾ ਕਿਸੇ ਖੋ ਹੀ ਲੈਣੀ ਤੇ ਤੂੰ ਲਿਆਂਦੀ ਕਿਉਂ ਹੈ ਉਹ ਚੀਜ਼ ਫੜ ਤੇਰੀ ਜਿਹੜੀ ਕੋਈ ਦੁੰਨਾ ਕੋ ਤੇਰੇ ਕੋਲ ਗੋਵੇ ਲਾਲ ਟੈਨ ਚੁੱਕ ਲੈ ਚੱਲ ਪਰ ਡਿਊਟੀ ਫ੍ਰੀ ਸ਼ਾਪ ਸੀ ਮੈਂ ਲੈਣ ਦੀ ਹੈ ਕਿੱਥੇ ਹੁਣ ਹੋਏ ਉਹ ਇਹਨਾਂ ਕੋਲੇ ਹਾਂ ਲੈ ਫੜ ਉਹ ਪਹਿਲੇ ਢੋਲ ਵਜਾਉਣ ਵਾਲਾ ਛੱਡ ਗਿਆ ਉਤੋਂ ਮਲੰਗ ਲੈ ਆਈ ਉਹ ਭਾਈ ਜੀ ਥੱਲੇ ਕਿਸੇ ਦਾ ਮੇਲਾ ਕਰਾਉਣਾ ਜੇ ਗੱਲ ਹੋ ਗਈ ਹੁਣ ਮੇਰੀ ਅਕਲ ਕਰ ਕਿਉਂ ਫੋੜੇ ਕਢਾਉਣੇ ਨੀ ਇਹ ਕੌਣੀ ਆ जान तेरी फिर निकलन आली होई दिन कदली आ गई शाबाश प्यार करनी लो जी इस कुड़ी लाजमन जानवर टीवी वेखण दा शौक जी अपनी लईदा फीते नूं आगण लग जावे तू शादी कराने लगी इहदी सियासत च नहीं आना इहदी सियासत च नहीं आना इहदी सियासत ही क्या कि तेरा दिल खट्टा हो जाए तू मैनूं छड्ड के चली जाए मैं कल्ला रह जावां ਇਹ ਆਪਣੀ ਬਾਜੀ ਦਾ ਵਿਆਹ ਗਖੜ ਨਾਲ ਕਰ ਲਵੇ ਇਹ ਸਿਆਸਤ ਹੀ ਨਹੀਂ ਅੱਛਾ ਮੈਂ ਉਹਦਾ ਦਿਲ ਖਟਾ ਕਰਨ ਦੀ ਪਹਿਲੇ ਬੜਾ ਤੈਨੂੰ ਹੱਥ ਲਾ ਲਾ ਕੇ ਉਂਗਲਾਂ 'ਚ ਡੰਡਈ ਮਗਰ ਉਹ ਲੱਥ ਚੀਕਣੀ ਮਿੱਟੀ ਦੇ ਮੇਸੂਆ ਬੜੀ ਗੱਲ ਤੂੰ ਗਖੜ ਦੇ ਕੋਲ ਇਹਨੇ ਦੇਰ ਤੋਂ ਖੁਰਦਾ ਬੜੀ ਗੱਲ ਹੈ ਸਹੀ ਗੱਲ ਹੈ ਬੜੀ ਗੱਲ ਨਹੀਂ ਤੇ ਜਿੰਨੀ ਹਮਕ ਆਂਦੀ ਹੈ ਮੈਂ ਤੇ ਮਰ ਜਾਂਦਾ ਉਹ ਨਸ਼ਾ ਇੱਕ ਮਸੂਮ ਨੂੰ ਲੈ ਆਇਆ ਉਥੋਂ ਆਪਣੇ ਵਾਲ ਖੁੱਲੇ ਛੱਡੇ ਨਹੀਂ ਉਹਦੇ ਜੋੜ ਛੱਡੇ ਨਹੀਂ ਔਰਤ ਕੋ ਜੁੜੀ ਜੀ ਚੰਗੀ ਹੁੰਦੀ ਸ਼ਮੀਰ ਮੇਰੀ ਜਾਨ ਕਹਾ ਚਲੇ ਕਹਿੰਦੇ ਤੂੰ ਇਹ ਨਾ ਲੱਭੇ ਤੇ ਪੇਟੀ ਥੱਲੇ ਡਾਂਗ ਮਾਰ ਕੇ ਵੇਖ ਲਿਆ ਕਰ ਇਹਦੇ ਕੋਲੋਂ ਬਿੱਲੀ ਲੰਘੇ ਤੇ ਡਰ ਕੇ ਟਰੰਕ ਥੱਲੇ ਵੀ ਵੜ ਜਾਂਦਾ ਹੁੰਦਾ ਜੀ ਇਹ ਕਹਿੰਦਾ ਕੁਝ ਨਹੀਂ ਡਰਨਾ ਕੁਝ ਨਹੀਂ ਕਹਿੰਦਾ ਕੁਝ ਨਹੀਂ ਬੱਧਾ ਕੀ ਹੋ ਗਿਆ ਆਪ ਕੋ ਕਿੰਨਾ ਖੂਬਸੂਰਤ ਹੈ ਓਏ ਤੇਰੇ ਸਾਈ ਮਰ ਜਾਣਾ ਓਏ ਖੂਬਸੂਰਤ ਹੈ ਅੱਲਾ ਜਾਣਦਾ ਚੱਲਦੀ ਬਸ ਚੋਂ ਡੇਢ ਘੰਟਾ ਮੂੰਹ ਬਾਹਰ ਰੱਖੋ ਤੇ ਇੰਜ ਦਾ ਬਣਦਾ ਜੀ ਉਹ ਵੀ ਜੇ ਬਸ ਕਿਤੇ ਕੱਚੇ ਇਲਾਕੇ ਵਾਲ ਜਾਣ ਦਈ ਹੋਵੇ ਮੈਂ ਤੇ ਹੈਰਾਨ ਓਏ ਆ ਕਿਹੋ ਜਿਹਾ ਬੰਦਾ ਇਹਦਾ ਹਰ ਵੇਲੇ ਮੋਟਰਸਾਈਕਲ ਗਾਰੇ 'ਚ ਹੀ ਫਸਿਆ ਰਹਿੰਦਾ ਓਏ ਆ ਬਦਤਮੀਜ਼ਾ ਬੰਦੂਕ ਵੇਚ ਕੇ ਮੋਟਰਸਾਈਕਲ ਠੀਕ ਕਿਉਂ ਨਹੀਂ ਕਰਾਉਂਦਾ ਇਹਨੇ ਪੈਸੇ ਲਾਉਣ ਦਾ ਫਾਇਦਾ ਕੋਈ ਨਹੀਂ ਬਾਪ ਲੱਗ ਹੀ ਸੜਿਆ ਹੈ ਵਿਚਾਰੇ ਇਹਦਾ ਤੇ ਸ਼ੁਕਰ ਹੈ ਮੇਰਾ ਪਲੱਗ ਹੀ ਸੜਿਆ ਇੱਧਰ ਵੇਖੋ ਕੋ ਜਲੂਸ 'ਚ ਮੋਟਰਸਾਈਕਲ ਹੀ ਸਾੜ ਗਏ ਹੈ ਉਹ ਤਾਰ ਗਿਆ ਕਿੱਧਰ ਮਰ ਗਿਆ ਐਵੇਂ ਨਹੀਂ ਥਣਦਰ ਬਣਦੇ ਸਹੀ ਗੱਲ ਹੈ ਜੀ ਐਵੇਂ ਨਹੀਂ ਬਣਦੇ ਥਾਣੇਦਾਰ ਬੜੀ ਦੇਰ ਮੂੰਹ ਭੁੰਨਣਾ ਪੈਂਦਾ ਜਨਾਬ ਓਏ ਇੱਥੋਂ ਛਾਲ ਮਾਰੀ ਤੂੰ ਥਾਣੇਦਾਰ ਬਣਿਆ ਹਾਂ ਉੱਤੋਂ ਛਾਲ ਮਾਰ ਡਾਇਰੈਕਟ ਆਈਜੀ ਲੱਗ ਚੱਲ ਇਹ ਸਾਰਾ ਤੇਰੀ ਵਜ੍ਹਾ ਤੋਂ ਹੈ ਤੇਰੀ ਵਜ੍ਹਾ ਤੋਂ ਹੈ ਹੀ ਸਾਰਾ ਤੈਨੂੰ ਭੈਣ ਦੇ ਆਉਣ ਦੀ ਕਾਲੀ ਜੀ ਮੈਂ ਕਰਾਂ मैनूं किथे फसाता ही मम्मी फसिया मैनूं कहड़े अंग्रेजी फिल्मां फाउंडे ने तैनूं कहड़ी अंग्रेजी फिल्म बहाई है भिड़ी शाह दे मेले च खजल होण वाले आ इंसानां दी गल होण डई अपने जख्म ते आप ही चक वड्डण वाले आ इंसानां दी गल होण डई अपने नालों तगड़ा वेख के पूछल लत्तां च वाड़न वाले आ इंसाना दी गल होण डई ए भौंकदा कुत्ता वेख के उहदे नाल ही रल जाण वाले आ ठीक है
इंसाना की गल पई हुंदी है, इंसाना की इट चुको ते थल्लियों निकलण वाली आ। इंसाना की गल हो रही है, वाल खिलार के भूंडा ना दौड़ लाने वाले आ। इंसानों की बात हो रही है, डैणा दे पान लिया वाले आ। इंसाना की गल हो रही है, उड़दिया उड़दिया कोठे ते कलेजी की बोटी सुटन वाले आ। इंसाना की गल हो रही है, लूमड़िया नूं तनखावां देण वाला। इंसाना की गल हो रही है, इंसाना की नक नाल कच्छ खुरकण वाले आ। कखड़ बह गया, कखड़ बह गया। लो जी, लो जी, मेरा ख्याल है कि त्रौंकल आया जे ते कखड़ बह गया। चुप करके बैठा रहो ना मरा, तू गटर खोल देता है, तेनू देने हैं पैसे। हाँ, ओके खड़े, लगड़े। हाँ, जा पाजा होना करी, चल पाजा। ओके खड़े, चलो पाजा होना करी, अगो तो ना चोरी साहब की रूड़ी नू हाथ लाई, दौड़ जा। नहीं वैसे तुसी यह गल ना करो, कखड़ बहादुर बहुत जी। बड़ा बहादुर है जी, जेड़ा सिर ते जंगल चुकी फिरता है। कखड़ पिछे पिछे दूरों पता तो नहीं लगता होना कखड़ के कुत्ता आगे भी। नाम राधा कुत्ते ने दंदी वड के उहदे कोल बदला लिया। हाँ। करी इन कुत्ते ने दंदी वड्डी। हाँ। इन्हें कुछ नहीं किया। नो उहदी छुट्टी करा के संगल आप पा ली। पर जो सोटियां मारदे ते जूआं रौला पा दिंदियां ने, निकल चलो नी लाठी चार्ज हो गया जे। जिस दिन इन्हें जल्दी जल्दी वाल वाणे हुण कंघी ते नहीं करदा। सोच नक च लै के अच्छा कौन सोच शहर चो कहीं मुकाया। ना गखड़ नहीं ना होना चाहिए, जहरीला माता। एडा डरावना बंदा, यहो जिहा बंदा ते शीशे अगे जाके आप ही डर जांदा। ये कौन है चवल जी? बोला चवल की गल करन दे है जिहड़ा आप ही शीशे अगे जाके कहन दे हुंदा, नहीं यार मैं एडा भी बगैरत नहीं कीता। और आ शीशे अगे खलो के कहन दे हुंदा, नहीं यार संगली कुत्ते नूं ही नहीं मैनूं भी चचदी है। और आ शीशे अगे खलो के कहन दे हुंदा, यार इत्थों इत्थों तक ते ठीक है, उत्तों शीशा टुटा। पेंडू बंदा मैं छप्पड़ च वाल वा के निकल आना वा, मैं तेरे अंगर थोड़ा वाल वाले होने लोगों को छित्र खान टुर जाना। झूठ बकवास करने तू मैं नहीं कुलिया, मगर लाओ मेरे को झूठ बोलना। पोपी भलवाना कुले अच्छा छेती कुश्ती ढाया की चक्कर, सारी कुश्ती मां प्यो पाती अपने भलवान ढह क्यों गया? ढाणा इसे निके होंगे, प्यो मर गया यतीम हो गया। यतीम भी कदी घुले कदी ढाया यतीमां ने, यतीम जो हो गए। बेबे ने दूसरा हक निकाह कर लिया सैंडो सप्पां वाले नाल,
ਉਹ ਕਿੱਥੇ ਹੁੰਦਾ? ਸਾਨੇ ਦਾ ਤੇਲ ਵੇਚਦਾ ਸਟੇਸ਼ਨ ਦੇ ਅੱਗੇ। ਮਾਂ ਕਿੱਥੇ ਨਹੀਂ? ਉਹ ਵੀ ਨਾਲ ਹੀ ਹੁੰਦੀ ਆ, ਸੰਗਲੀ ਪਾਈ ਹੁੰਦੀ ਗਿੱਟੇ ਨੂੰ, ਉਹ ਛੋਟੀ ਮਾਰਦਾ ਨਾਲ ਮੱਛੀ ਦੇ ਤੇਲ ਦੇ ਕੈਪਸੂਲ ਵੇਚਦੀ ਆ। ਉਹ ਭਰਾ ਆ ਗਈ, ਨਿੱਕਾ ਭਰਾ ਸੀ ਉਹਦੇ 'ਤੇ ਬੜਾ ਮਾਣ ਸੀ, ਖੁਸਰਾ ਨਿਕਲ ਆਇਆ। ਘੁਮਿਆਰਾਂ ਦੇ ਮੁੰਡੇ ਨੇ ਨੱਸ ਗਿਆ, ਫਿਰ ਪੁਰਾਣੀ ਸਾਈਕਲ 'ਤੇ ਇੱਕ ਢੋਲ ਦਿੱਤਾ ਨਾਲ 20 ਰੁਪਈਏ ਦਿੱਤੇ, ਫਿਰ ਉਹਨੇ ਮੋੜਿਆ। ਅਤੇ ਪੋਪੀ ਭਲਵਾਨ ਨੇ ਪੁੱਛਿਆ, ਭਲਵਾਨ ਜੀ ਕਿੱਥੇ ਰਹਿੰਦੇ? ਭਾਈ ਗੁਜਰਾਲੇ। ਇਹਨੂੰ ਪੁੱਛਿਆ, ਭਲਵਾਨ ਕਿੱਥੇ ਰਹਿੰਦਾ? ਕਿੱਥੇ ਰਹਿਣਾ, ਧਰਮਪੁਰੇ ਵੱਡੀ ਭੈਣ ਨਾਲ ਹੀ ਸੌਂਦੇਗਾ ਜਾ ਕੇ। ਕਦੋਂ ਰੋਟੀ ਪੱਕੇ, ਕਦੋਂ ਲੱਭੇ ਢੈਣਾ ਘਟਾ। ਇਹ ਵੀ ਪਿੱਛੇ ਬਹਿ ਕੇ ਰੋਣ ਡਿਆ ਸੀ, ਮੈਂ ਕਿਹਾ ਤੂੰ ਕਿਉਂ ਰੋਣ ਡਿਆ? ਕਹਿੰਦਾ ਤੂੰ ਨਾ ਢਹਿੰਦਾ ਤਾਂ ਮੇਰੇ ਵੀ ਪੇੜੇ ਵੇਖ ਕੇ ਜਾਣੇ ਹਨ। ਏਡਾ ਡਰਾਉਣਾ ਕਖੜੀ ਆ, ਸਾਨੂੰ ਵੇਹਦਾ ਸੀ ਜਾਨ ਚ ਲਾਟੂ ਵੇਖਣ ਵਾਲਾ। ਇੱਕ ਮੁੰਡਾ ਮੂੰਹ ਧੋਣ ਡਿਆ, ਤੂੰ ਕਦੀ ਧੋਤਾ ਹੈ ਜਿਹੜਾ ਸਲਾਉਣ ਡਿਆ? ਲੜਦੀ ਆ, ਤੂੰ ਤੇ ਟੂਟੀ ਖੋਲੇ ਤੇ ਪਾਣੀ ਨੂੰ ਚੱਕਰ ਚੜ ਜਾਂਦੇ ਨੇ, ਪਾਣੀ ਬਾਹਰ ਆ ਕੇ ਤੇਰਾ ਮੂੰਹ ਵੇਖ ਕੇ ਘਬਰਾ ਕੇ ਫਿਰ ਉੱਤੇ ਚੜ ਜਾਂਦਾ। ਤੂੰ ਇਹ ਗੱਲ ਕਰਨ ਡਿਆ, ਕਖੜ ਨਹਾਉਣ ਜਾਵੇ ਸਾਬਣੇ ਨੂੰ ਦੂਰੋਂ ਵੇਖ ਕੇ ਕਹਿਣ ਦਿੰਦਾ, ਓਏ ਹੋਏ ਹੋਏ ਮੇਰੇ ਗੰਦੇ ਹੋਣ ਦਾ ਟਾਈਮ ਆ ਗਿਆ। ਅੱਲਾ ਜਾਣਦਾ, ਨਹਾ ਕੇ ਬਾਹਰ ਆਵੇ ਤੌਲੀਏ ਚੋਂ ਅੱਧਾ ਘੰਟਾ ਧੂੰਆਂ ਨਿਕਲਦਾ ਰਹਿੰਦਾ। ਓਏ ਉਸੇ ਦਿਨ ਕਖੜ ਇਕੱਲਾ ਨਾ ਰਿਹਾ ਹੁੰਦਾ, ਤੁਸੀਂ ਕਿੱਥੇ ਵੇਖ ਰਹੇ ਹੁੰਦੇ ਹੋ? ਅੱਛਾ, ਲੁਕ ਲੁਕ ਕੇ ਕਖੜ ਵੇਖਦੇ ਹੋ? ਐਵੇਂ ਸਾਡੇ ਇਕੱਲਿਆਂ ਦੀ ਗੱਲ ਕਰ ਲੈ, ਸਾਰੇ ਮੁਹੱਲੇ ਨੇ ਟਿਕਟ ਲਈ ਹੁੰਦੀ ਹੈ, ਮਦਾਰੀ ਸ਼ੁਰੂ ਹੋਣ ਲੱਗੀ। ਗੱਖੜ ਦਾ ਨਾਣਾ ਕੋ ਆਸਾਨ ਕੰਮ ਤੇ ਨਹੀਂ ਜੀ, ਨਾ ਗੱਖੜ ਦਾ ਨਹਾਏਗਾ ਕੋ? ਤੁਹਾਨੂੰ ਇਹਦਾ ਪੈ ਗਿਆ, ਗੱਲ ਸੁਣੋ, ਮੈਂ ਤੁਹਾਨੂੰ ਦੱਸੀ ਨਹੀਂ ਯਾਰ, ਮੇਰੀ ਗੱਲ ਤੇ ਸੁਣ, ਇਹਨੂੰ ਤੇ ਕਦੇ ਪਾਦੇ ਸੌ ਗਿਆ ਹੋਣਾ। ਮੈਨੂੰ ਐਡਾ ਵੀ ਪੇਂਡੂ ਨਾ ਸਮਝੋ, ਤੇਰਾ ਕੀ ਖਿਆਲ ਹੈ ਇੱਥੇ ਲੰਮਿਆਂ ਪਾ ਦਿਆਂ ਗੱਖੜ ਮੂੰਹ 'ਚ ਲੈ ਕੇ ਦੌੜ ਜਾਵੇ? ਉਹ ਨਾ ਮਰਾਦੋ, ਆ ਜਿਹੜੇ ਬੰਦੇ ਸਾਨੂੰ ਡੱਕੇ ਆ ਨਾ, ਇਹ ਆਵਾਰਾ ਦਰਦ ਜੇ ਸਾਨੂੰ ਕੀ ਆ, ਸਾਨੂੰ ਆਪਣੀ ਪਈ ਉਹ ਬੰਬ ਚਲਾਉਂਦੇ ਜੇ, ਪਾਗਲੋ ਇਹ ਦਹਿਸ਼ਤ ਗਰਦ ਜੇ ਬੰਬ ਚਲਾਉਂਦੇ ਜੇ। ਦੋ ਕੁੜੀਆਂ ਨੀ ਜਿਹੜੀਆਂ, ਇੱਕ ਮੈਨੂੰ ਕਹਿੰਦੀਆਂ ਨਦੀਮ, ਇੱਕ ਜਿਹੜੀ ਤੈਨੂੰ ਕਹਿੰਦੀ ਆ ਜਾਣਾ ਆਲਮ, ਇਹ ਦੋਵੇਂ ਕੁੜੀਆਂ ਇਹਨਾਂ ਅਗਵਾਹ ਕੀਤੀ ਹੈ। ਮੁੱਛਾਂ ਕਲਮਾ ਹੈ ਤੈਨੂੰ ਕਰ ਲਾ, ਹੁਕਮ ਦਾ ਗੋਲਾ ਲਓ ਜੀ। ਇਹ ਛੋਰੇ ਦੀ ਪਲੇਟ ਭਰ ਕੇ ਨਾਲ ਦੋ ਕੋਫਤੇ ਨਾਲ 6 ਰੋਟੀਆਂ ਦਿੱਤੀਆਂ, 6 ਦੀਆਂ 6 ਰੋਟੀਆਂ ਛੋਰਵੇ ਨਾਲ ਖਾ ਕੇ ਤੇ ਕੋਫਤੇ ਚੁੱਕ ਕੇ ਗਲੀ ਚ ਜਾ ਕੇ ਖੇਡਣ ਲੱਗ ਪਈ। ਉਸੇ ਦਿਨ ਦੀ ਮੇਰੇ ਕੋਲ ਸੁਣ ਲਓ, ਕੱਖੜ ਲੈਣਾ ਤੁਰਿਆ ਜਾਣ ਡਿਆ, ਲੈਣਾ ਤੇ ਤੁਰਿਆ ਜਾਣ, ਅਤਵਾਰ ਨੂੰ ਦੱਸੋ ਨਾ, ਲੈਣਾ ਨਾ ਦੇਣਾ ਤੇ ਲੈਣਾ ਤੇ ਤੁਰਿਆ ਜਾਣ। ਅੱਛਾ ਕਿਹਾ ਗੱਖੜ ਸਾਹਿਬ ਕਿੱਥੇ? ਕਹਿੰਦੇ ਬਸ ਮੈਂ ਫੈਸਲਾ ਕਰ ਲਿਆ, ਜ਼ਿੰਦਗੀ ਤੰਗ ਆ ਗਿਆ, ਮੈਂ ਗੱਡੀ ਥੱਲੇ ਆ ਕੇ ਮਰ ਲਗਾ। ਅੱਛਾ, ਹੱਥ 'ਚ ਟਿਫਨ ਫੜਿਆ ਵਿੱਚ ਰੋਟੀ ਭਰੀ। ਅੱਛਾ, ਮੈਂ ਕਿਹਾ ਰੋਟੀ ਕਿੱਧਰ? ਕਹਿੰਦਾ ਉੱਥੇ ਗੱਡੀ ਲੇਟ ਹੋ ਗਈ ਤੇ ਗੱਖੜ ਉੱਥੇ ਭੁੱਖਾ ਮਰੇਗਾ। ਲਓ ਉਸੇ ਦਿਨ ਦੀ ਮੇਰੇ ਕੋਲ ਸੁਣ ਲਓ, ਇਤਵਾਰ ਦੀ, ਇਤਵਾਰ ਦੀ ਗੱਖੜ ਨੂੰ ਲੜ ਗਿਆ ਭੂੰਡ। ਅੱਛਾ, ਭੂੰਡ ਨੇ ਡੰਗ ਮਾਰਿਆ, ਭੂੰਡ ਦਾ ਮੂੰਹ ਹੀ ਇੰਜ ਹੋ ਗਿਆ। ਭੂੰਡ ਨੂੰ ਬੰਬਰ ਸੋਮਵਾਰ ਲੰਘ, ਮੰਗਲ ਲੰਘ, ਬੁੱਧ ਲੰਘ, ਅਗਲੀ ਇਤਵਾਰ ਨੂੰ ਭੂੰਡ ਨੂੰ ਹੋਸ਼ ਆਈ, ਮੈਂ ਮੂੰਹ ਮਾਰ ਕਿੱਥੇ ਬੈਠਾ। ਗੱਲ ਉਹ ਜਿਹੜੀ ਮੂੰਹ ਤੇ ਤੂੰ ਲੈ ਕੇ ਨਸਿਆ ਹੱਡੀ ਤੇ ਮੈਂ ਤੈਨੂੰ ਰੋਕਿਆ ਨੀ ਕਰਕੇ। ਇਹ ਗੱਲ ਸੋਮਵਾਰ ਦੀ ਹੋਣੀ ਹੈ, ਇਤਵਾਰ ਦੀ ਕਰਨ ਲਈ। ਲੋ ਜੀ, ਇਤਵਾਰ ਦੀ ਗੱਲ ਤੁਹਾਨੂੰ ਦੱਸਣਾ। ਇਤਵਾਰ ਨੂੰ ਗੱਖੜ ਦੀ ਮਾੜੀ ਸ਼ਾਮਤ ਤੇ ਨਾ ਕੋਠੇ ਦਾ ਮੁਜਰਾ ਸੁਣ ਚਲਾ ਗਿਆ। ਅੱਛਾ, ਉੱਥੇ ਸ਼ੋਹ ਆਇਆ, ਗੱਖੜੇ ਕੋਲ ਕਾਪੀ ਸੀ ਨੋਟਾਂ ਦੀ, ਇਹਨੇ ਪਿੰਨ ਕੱਢ ਕੇ ਨਾ ਉਹਨਾਂ ਦੇ ਪੱਖੇ 'ਚ ਮਾਰੀਆਂ ਜਦੋਂ ਕਾਪੀ, ਉਹਨਾਂ ਫੜ ਕੇ ਲੰਮੇ ਪਾ ਲਿਆ, ਨਵਾਂ ਪੱਖਾ ਖਰਾਬ ਕਰਦੇ ਸਾਡਾ। ਲਓ ਉਸੇ ਦਿਨ ਦੀ ਮੇਰੇ ਕੋਲ ਸੁਣ ਲਓ, ਇਤਵਾਰ ਦੀ,
ਉੱਥੇ ਲੋਕੀ ਗਾਣੇ ਸੁਣ ਰਹੇ ਪੈਸੇ ਸੁੱਟ ਰਹੇ ਨੇ ਢੇਰ ਲੱਗਿਆ ਪੈਸਿਆਂ ਦਾ ਅੱਛਾ ਇਹਨੇ ਲਾਂਤੀ ਨੇ ਕੀ ਤਾਂ ਪੈਰਾਂ ਨੂੰ ਲੇਵੀ ਲਾਈ ਹੈ ਉਤੋਂ ਲੰਘ ਗਿਆ ਲੋ ਉਸੇ ਦਿਨ ਦੀ ਮੇਰੇ ਕੋਲ ਸੁਣ ਲਓ ਇਤਵਾਰ ਦੀ ਇਤਵਾਰ ਵਾਲੇ ਦਿਨ ਨਾਈ ਨੂੰ ਲੈ ਕੇ ਚਿੜੀਆ ਘਰ ਟੁਰ ਗਿਆ ਤੇ ਰਿੱਛ ਦੇ ਪਿੰਜਰੇ ਕੇ ਜਾ ਕੇ ਕਹਿੰਦਾ ਆਬਾ ਛੱਡ ਦੇ ਜੇ ਤੋਂ ਜਾਮਤ ਕਰਾ ਲੈ ਤੇਰੀ ਮਿਹਰਬਾਨੀ ਇਹ ਹੱਥਣੀ ਕੋਲ ਚਲਾ ਗਿਆ ਮੈਂ ਕਿਹਾ ਐਡੀ ਤੂੰ ਬਕਵਾਸ ਕਰਨ ਦੇ ਆ ਅੱਲਾ ਜਾਣਦਾ ਮੈਂ ਚਿੜੀਆ ਘਰ ਅੱਜ ਤੱਕ ਵੇਖੀ ਹੀ ਨਹੀਂ ਮੈਨੂੰ ਜਿਹੜੇ ਸ਼ੌਕ ਚੜੇ ਮੈਂ ਥੋੜਾ ਬਹੁਤਾ ਇੱਥੇ ਹੀ ਵੇਖ ਲਈਦਾ ਹੁਣ ਇਹ ਹੱਥਣੀ ਕੋਲ ਜਾ ਕੇ ਮੈਂ ਕਿਹਾ ਐਡੀ ਯਾਰ ਤੇ ਉਹ ਬਕਵਾਸ ਕਰ ਲੈ ਚਲੋ ਜੀ ਨਹੀਂ ਗਿਆ ਲੜ ਕੇ ਆ ਕੇ ਝੂਠ ਬੋਲ ਬੋਲ ਕੇ ਸਿਰ ਦਾ ਬੇੜਾ ਗਰਕ ਕਰ ਲਏ बड़ा मैं टिकट लैके गया अद्धा घंटा लंघ घंटा लंघ डेढ़ घंटा बाहर ही ना नाई ने बूहे दे उत्तों वेखिया ते टूटी नाल लटक के झूंटे लैण डे आ टकाए टकाए नूं आण के कहिंदा अब्बा कर नहीं आउणा अब्बा निकलना किस तरह ठीक 10 मिनट के बाद हम फट जाएंगे ओ मेरी लता से जान निकल गई मैंने चौक के बाहर छाट आया यार इतवार ओ मेरी लता से जान निकल गई जे ओ बाबा जी आई उठो के टर जा हां 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 की होया चलन लगा जी ओ बामणी ओए ते इंस्पेक्टर ही लो जी कर तीन आदमी एक औरत मर गए और इंस्पेक्टर मामूली जख्मी है तीन बंदे मर गए अखबार चोनी चूल्हे ठीक करा लो तो रिश्वत तुम नहीं कौन चलाएगा बम तड़के वाले गन्ने तड़के वाले गन्ने खोए दे केले एक ਜ਼ੁਲਮ ਦਾ ਵਕਤ ਥੋੜਾ ਤੇ ਉੱਤੇ ਤੇ ਲਾਂਤਾਂ ਸਾਲ ਹਾ ਸਾਲ ਪੈਂਦੀਆਂ
किसी को मौत की सजा देने के बाद आमतौर पर मैं उसके अंजाम का इंतजार नहीं करता, लेकिन तुमसे वादा है कि हम सब मिलकर तुम्हें विदा करें। तुझसे मैंने कई विद्या कर लिया है, तुसी ते अपनी इज्जत ते गैरत नूं विद्या कर चुके हो। अपनियां धीआं भैणां दे गलां च गहने पाउण वास्ते अपने पैरां च गुलामी दा जेवर पा चुके हो, अपने बच्चियां दा वफादार बनण वास्ते इस मुल्क दे गद्दार बन चुके हो। क्या लिया इस मुल्क ने? शनाख्त, शनाख्त दित्ती इस मुल्क ने। जे तैनूं इहदी अहमियत दा अंदाजा नहीं ते पुछ किसे हराम दे बच्चे कोलों के शनाख्त दी। बेज़मीर ते बगैरता नूं ते देनी चाहिए सी मौत। 10 मिनट सन ताड़ा इस ज़मीर फटने च, हुण सिर्फ 10 सैकंड बाकी ने। चले जाओ इत्थों ते मिल जाओ फिरौन, यज़ीद ते नमरूद दे नाल।